ਰੱਬ ਨੇ ਬਹੁਤ ਹੀ ਸੋਹਣੀ ਧਰਤੀ ਦੀ ਸਿਰਜਣਾ ਕੀਤੀ, ਪਰ ਅੱਜ ਲੱਗਦਾ ਉਹੀ ਧਰਤੀ ਨਸ਼ੇ ਦੀ ਦਲਦਲ 'ਚ ਧੱਸਦੀ ਜਾ ਰਹੀ ਹੈ ਅਤੇ ਉਸ ਦਾ ਸਭ ਤੋਂ ਵੱਧ ਅਸਰ ਸਾਡੇ ਹਰੇ ਭਰੇ ਪੰਜਾਬ 'ਤੇ ਹੋਇਆ ਲੱਗਦਾ। ਪੰਜਾਬ ਹੁੰਦਾ ਸੀ ਜੋ ਸੋਨੇ ਦੀ ਚਿੜੀ, ਹੁਣ ਬਣ ਗਿਆ ਚਿੱਟੇ ਦੀ ਪੁੜੀ। ਸੋਹਣੇ ਵਗਦੇ ਸੀ ਦਰਿਆ, ਦਰਿਆ ਪਾਣੀ ਰਲ ਗਿਆ ਵਿੱਚ ਨਸ਼ਾ। ਸੁਧ ਨਾ ਰਹੀ ਹੁਣ ਘਰ ਬਾਰ ਦੀ, ਜਵਾਨੀ ਰੁਲ ਗਈ ਨਸ਼ਿਆਂ ਵਿੱਚ ਪੰਜਾਬ ਦੀ। ਮਿਲ ਜਾਵੇ ਕੋਈ ਰੂਹ ਐਸੀ ਮੇਰੇ ਪੰਜਾਬ ਨੂੰ, ਜਿਹੜੀ ਕਰ ਦੇਵੇ ਖਤਮ ਇਸ ਨਸ਼ੇ ਦੇ ਵਪਾਰ ਨੂੰ, ਇਸ ਨਸ਼ੇ ਦੇ ਵਪਾਰ ਨੂੰ, ਇਸ ਨਸ਼ੇ ਦੇ ਵਪਾਰ ਨੂੰ। ਆਫਿਸਰਸ, ਅੱਜ ਕੱਲ੍ਹ ਪੰਜਾਬ ਦੇ ਹਾਲਾਤਾਂ ਨੂੰ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਥੇ ਡਰੱਗ ਸਪਲਾਇਰਸ ਨੇ ਕਿਸ ਤਰੀਕੇ ਨਾਲ ਆਪਣੇ ਪੈਰ ਜਮਾਏ ਆ। ਉਹ ਆਪਣੀ ਨੌਜਵਾਨ ਪੀੜ੍ਹੀ ਨੂੰ ਅਤੇ ਦੇਸ਼ ਨੂੰ ਖੋਖਲਾ ਕਰਨ 'ਤੇ ਲੱਗੇ ਹੋਏ ਆ। ਆਪਣਾ ਇੱਕ ਹੋਣਹਾਰ ਆਫਿਸਰ ਇਹਨਾਂ ਦੇ ਗੈਂਗ ਵਿੱਚ ਸ਼ਾਮਿਲ ਹੋਇਆ ਵਾ ਅਤੇ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਗੈਂਗ ਨੂੰ ਖਤਮ ਕਰਨ 'ਤੇ ਲੱਗਿਆ ਹੋਇਆ। ਆਪਣੇ ਕਈ ਆਫਿਸਰਸ ਇਸ ਨੂੰ ਚਾਹੁੰਦੇ ਨੇ ਵੀ ਕਿਸੇ ਤਰ੍ਹਾਂ ਇਹ ਡਰੱਗ ਰੈਕਿਟ ਖਤਮ ਹੋ ਜਾਏ ਜਾਂ ਡਰੱਗ ਸਪਲਾਇਰਸ ਹੀ ਕਿਸੇ ਤਰੀਕੇ ਨਾਲ ਖਤਮ ਹੋ ਜਾਣ, ਤੇ ਮੈਂ ਵੀ ਚਾਹੁੰਦਾ ਵੀ ਇਸ ਨੂੰ ਆਪਾਂ ਪਹਿਲ ਦੇ ਆਧਾਰ ਤੇ ਲਈਏ ਤਾਂ ਕਿ ਇਸ ਨੂੰ ਜਲਦੀ ਹੀ ਖਤਮ ਕਰ ਸਕੀਏ ਤੇ ਨੌਜਵਾਨ ਪੀੜ੍ਹੀ ਨੂੰ ਬਚਾ ਸਕੀਏ। ਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਕਰਦਾ, ਧੰਨਵਾਦ ਕਰਦਾ ਵੀ ਤੁਸੀਂ ਇਸ ਕੰਮ ਦੇ ਵਿੱਚ ਲੱਗੇ ਹੋਏ ਹੋ ਤੇ ਜੀ ਜਾਨ ਨਾਲ ਲੱਗੇ ਰਹੋ। ਸੋ ਵੈਲ ਡਨ ਆਫਿਸਰਸ, ਥੈਂਕ ਯੂ, ਜੈ ਹਿੰਦ। Woo!
ਗੁਰਮਨ ਗੱਲ ਸੁਣ, ਰਾਣੀ ਹੋਣੀ ਫੇਰ ਉੱਥੇ ਹੀ ਦੇਖਦੇ ਇਹਨਾਂ ਨੂੰ ਅੱਜ। ਇਹਨਾਂ ਨੇ ਕਾਲਜ ਦੇ ਵਿੱਚ ਗੰਦ ਪਾਇਆ ਗੁਰਮਨ, ਇਹਨਾਂ ਨੇ ਬਹੁਤ ਹੀ ਗਾਹ ਪਾਇਆ। ਬਈ ਕਿਵੇਂ? ਬਸ ਠੀਕ ਆ ਬਾਈ। ਓ ਯਾਰ ਕਰੋ ਕੁਝ ਇਹਨਾਂ ਦਾ, ਉਹ ਕਰਦੇ ਆ ਯਾਰ ਇਹਨਾਂ ਦਾ ਵੀ। ਔਰ ਤੈਨੂੰ ਕਿੰਨੇ ਵਾਰੀ ਕਿਹਾ ਆਹ ਕੰਮ ਕਰਨੇ ਛੱਡ ਦੇ। ਮੈਨੂੰ ਮਾਫ ਕਰ ਦੋ, ਅੱਗੇ ਤੋਂ ਨਾ ਕਰਾਂ। ਅੱਗੇ ਤੋਂ ਨਹੀਂ ਕਰੇਗਾ, ਹੁਣ ਅੱਗੇ ਤੋਂ ਨਹੀਂ ਕਰੇਗਾ ਤੋ ਪਿੱਛੇ ਤੋਂ ਕਰੇਗਾ। ਇਹਨਾਂ ਨੇ ਇੱਦਾਂ ਨਹੀਂ ਸੁਧਰਨਾ, ਇਹ ਤਾਂ ਸੈੱਟ ਕਰਨੇ ਪੈਣੇ ਆ। ਓਏ ਤੇ ਤੂੰ, ਓਏ ਤੂੰ ਆਪਣੀ ਜ਼ਿੰਦਗੀ ਤਾਂ ਨਸ਼ੇ 'ਚ ਤਬਾਹ ਕਰ ਹੀ ਦਿੱਤੀ ਹੈ, ਪਰ ਬਾਕੀ ਦੀ ਜ਼ਿੰਦਗੀ ਕਿਉਂ ਤਬਾਹ ਕਰ ਰਹੇ ਹੋ? ਜ਼ਿਆਦਾ ਨਾ ਬੋਲ ਗੁਰਮਨ। ਕੀ ਹੋਇਆ ਜੇ ਤੂੰ ਇਸ ਕਾਲਜ ਦਾ ਪ੍ਰੈਜ਼ੀਡੈਂਟ ਆ? ਤੇ ਇਹ ਜ਼ਿੰਦਗੀ ਸਾਡੀ ਆ, ਇਹਨੂੰ ਅਸੀਂ ਆਪਣੇ ਹਿਸਾਬ ਨਾਲ ਜੀਵਾਂਗੇ। ਉਹ ਮਾਰ ਇਹਦੇ 'ਚ ਪੇਟ। ਇਹਨਾਂ ਦਾ ਆਪਾਂ ਨੂੰ ਹੋਰ ਕੋਈ ਇਲਾਜ ਕਰਨਾ ਪੈਣਾ। ਇਹ ਤੂੰ ਚੰਗਾ ਨਹੀਂ ਕੀਤਾ ਗੁਰਮਨ, ਚੰਗਾ ਨਹੀਂ ਕੀਤਾ। ਚੱਲ ਪਰਮ, ਚੱਲ ਮਨਿਸਟਰ ਨੀ, ਬਾਪ ਆ ਤੁਹਾਡਾ ਸਭ ਦਾ। ਜਿਲ੍ਹਾ ਤੂੰ ਇਹਨਾਂ ਦੇ ਨਾਲ ਉੱਠ ਕੇ ਖੜਾ ਹੋ। ਗਿੱਲ ਸਾਹਿਬ ਕਹਿ ਕੇ ਬੋਲ, ਆਪਣੀ ਟਿੰਡ ਫੋੜੀ ਚੱਕ ਇੱਥੋਂ, ਦਿਖਾਓ ਜਾ। ਗਿੱਲ ਸਾਹਿਬ, ਤੁਹਾਡੀ ਮੈਂ ਬਹੁਤ ਇੱਜ਼ਤ ਕਰਦਾ, ਇਹਨਾਂ ਦੇ ਮਾਮਲੇ 'ਚ ਪੈਣ ਦੀ ਲੋੜ ਨਹੀਂ ਤੁਹਾਨੂੰ। ਤੈਨੂੰ ਪਤਾ ਨਾ ਦੂਜੀ ਗੋਲੀ ਕਿੱਥੇ ਵੱਜੂਗੀ? ਕੁਝ ਕੰਮ ਰਾਜ ਨੂੰ ਆਪ ਹੀ ਕਰਨੇ ਪੈਂਦੇ ਨੇ। ਚਲੋ ਗੱਲ ਆਈ ਸਿਰ ਤੇ ਟਿਕਾਣੇ। ਹਾਂਜੀ, ਕੰਨ ਕਰਦੇ ਆ ਨਾ ਟੀ ਟੀ। ਹਾਂਜੀ, ਹਾਲੇ ਕਬਜਿਆਂ ਦੇ। ਚਲੋ ਆ ਮੁੰਡਾ, ਚੱਕ ਲੈ ਸਮਾਨ, ਚੱਕ। ਹਾਲੇ ਕਬਜਿਆਂ ਦੇ ਹੋਏ ਨੇ, ਮਾਰ ਵਗਾ ਕੇ ਬਾਹਰ। ਕਿਉਂ ਚਾਚਾ? ਬੱਲੇ ਸ਼ੇਰਾ ਬੱਲੇ, ਵਾਹ ਬਈ ਵਾਹ ਬਈ, ਖਿੱਚਦਾ ਕੰਮ। ਚਲੋ ਫਿਰ ਇੱਥੇ ਕਿਹੜੇ ਕੀ ਕਰਦੇ ਹੋ? ਕੋਠੀ ਆਪਣੀ ਬੈਠੋ। ਬੱਲੀ ਬੱਲੀ ਉਹ ਬੱਲੀ ਸਿੰਘ, ਕੀ ਹਾਲ ਹੈ ਸੱਚ? ਆਪਣੀ ਮੀਟਿੰਗ ਤੋਂ ਸੀ ਐਮ ਸਾਹਿਬ ਨਾਲ ਅੱਜ ਹੀ ਸੁੱਖ ਭਾਜੀ? ਹਾਂ, ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਵਾਂ,
ਤੈਨੂੰ ਮੇਰੇ ਗੁੱਸੇ ਦਾ ਪਤਾ ਹੀ ਹੈ। ਗੱਲ ਗੁੱਸੇ ਵਾਲੀ ਹੋਈ ਤਾਂ ਚੱਲ ਦੱਸ। ਰਾਜ ਭਾਅ ਜੀ ਬਾਰੇ ਗੱਲ ਕਰਨੀ ਸੀ। ਉਹਨੇ ਫਿਰ ਕੋਈ ਚੰਨ ਚਾੜਤਾ? ਕੀ ਗੱਲ ਹੈ ਦੱਸ। ਗੱਲ ਏਦਾਂ, ਰਾਜ ਭਾਅ ਜੀ ਦਾ ਗੁੱਸਾ ਬਹੁਤ ਹੀ ਵੱਧਦਾ ਜਾ ਰਿਹਾ। ਗੱਲ ਗੱਲ 'ਤੇ ਪਿਸਟਲ ਕੱਢ ਲੈਂਦੇ ਨੇ, ਸ਼ਰਿਆਂ ਬੰਦਾ ਮਾਰ ਦਿੰਦੇ ਨੇ। ਕਲਾਇੰਟਸ ਨੇ ਕੰਪਲੇਂਟ ਤਾਂ ਪਹਿਲਾਂ ਵੀ ਕੀਤੀ ਆ, ਅੱਜ ਕੱਲ੍ਹ ਬਿਜ਼ਨਸ ਘੱਟ ਅਤੇ ਬਦਮਾਸ਼ ਜ਼ਿਆਦਾ ਬਣਦਾ, ਗੈਂਗਸਟਰ। ਕਰਦਾ ਕੋਈ ਹੱਲ। ਹਾਈ ਡੈਡ, ਕਿਵੇਂ ਸ਼ੇਰਾ? 11 ਵਜੇ ਦੀ ਚਾਹ ਪੀ ਰਹੇ ਆ, ਤੂੰ ਹੁਣ ਉੱਠ ਗਿਆ ਆ, ਥੋੜਾ ਵੇਲੇ ਨਾਲ ਉੱਠ ਖੜਿਆ ਕਰ। ਚਿਲ ਡੈਡ, ਇੰਡੀਆ ਆਇਆ ਰਿਲੈਕਸ ਕਰਨ ਲਈ, ਉਹੀ ਕਰ ਰਿਹਾ। ਰਿਲੈਕਸ ਕਰ, ਜ਼ਰੂਰ ਕਰ, ਥੋੜਾ ਬਿਜ਼ਨਸ ਕਰਨੀ ਧਿਆਨ ਦੇ, ਕਿਉਂਕਿ ਬੱਲੀ ਨਾਲ ਗੱਲ ਹੋ ਰਹੀ ਸੀ। ਰਾਜ ਦਾ ਅੱਜ ਕੱਲ੍ਹ ਧਿਆਨ ਕਿਸੇ ਹੋਰ ਪਾਸੇ ਹੈ, ਹੋ ਸਕਦਾ ਬਿਜ਼ਨਸ ਤੈਨੂੰ ਸਾਂਭਣਾ ਪਵੇ। ਰਾਜ, ਕੋਈ ਬਹੁਤਾ ਧਿਆਨ ਨਹੀਂ ਦੇ ਰਿਹਾ, ਅੱਜ ਕੱਲ੍ਹ ਪੁੱਠੇ ਕੰਮਾਂ 'ਚ ਜ਼ਿਆਦਾ ਪਿਆ ਹੋਇਆ। ਡੈਡ, ਡੋਂਟ ਵਰੀ, ਆਈਲ ਹੈਂਡਲ ਐਵਰੀਥਿੰਗ, ਟਰਸਟ ਮੀ। ਡੈਡ, ਤੇ ਰਾਤੀ ਮੈਂ ਲੇਟ ਹੋ ਜਾਵਾਂਗਾ, ਉਹ ਕਲੱਬ ਵੀ ਜਾਣਾ ਨਾ। ਡੈਡ, ਇੱਥੋਂ ਦੇ ਕਲੱਬ ਤੇ ਇੱਥੋਂ ਦੀਆਂ, ਚਲੋ ਛੱਡੋ। ਓਕੇ ਡੈਡ, ਓਕੇ ਬੱਲੀ ਜੀ। ਭਾਅ ਜੀ, ਕਿੰਨਾ ਫਰਕ ਆ ਆਪਣੇ ਰਾਜ ਭਾਅ ਜੀ ਤੇ ਜਸਵੀਰੇ 'ਚ? ਫਰਕ ਪੈਂਦਾ, ਫਰਕ ਪੈ ਜਾਂਦਾ ਬੱਲੀ, ਜਦੋਂ ਬੱਚੇ ਜਵਾਨ ਹੋ ਜਾਣ। ਕਿਤੇ ਨਾ ਕਿਤੇ ਕਸੂਰ ਮੇਰਾ ਵੀ ਹੈ, ਮਾਂ ਮਰ ਗਈ, ਮੈਂ ਛੋਟੇ ਨੂੰ ਗੋਦੀ ਚੱਕ ਕੇ ਬਾਹਰ ਚਲਾ ਗਿਆ, ਸੋਚਿਆ ਨਹੀਂ ਕਿ ਰਾਜ ਮਾਂ ਨਹੀਂ ਪਿਓ ਵਾਰਾ ਵੀ ਹੋ ਜੂਗਾ, ਕਸੂਰ ਮੇਰਾ ਵੀ ਹੈ। ਚਲੋ ਭਾਜੀ, ਅੱਜ ਫਾਰਮ ਹਾਊਸ ਤੇ ਆ ਕੇ ਤਾਂ ਮਜ਼ਾ ਹੀ ਆ ਗਿਆ, ਬੜੇ ਦਿਨਾਂ ਬਾਅਦ ਗੇੜਾ ਲੱਗਿਆ। ਆਪਾਂ ਚੱਲੀਏ ਭਾਜੀ, ਕਲਾਇੰਟ ਵੇਟ ਕਰਦੇ ਹੋਣਗੇ। ਜੀ ਭਾਜੀ, ਚਲੋ। ਗਿੱਲ ਸਾਹਿਬ, ਰਾਮ ਰਾਮ ਜੀ। ਰਾਮ ਰਾਮ ਬਣੇ ਜੀ। ਹਾਂਜੀ, ਰਾਧੇ ਕ੍ਰਿਸ਼ਨ। ਗਿੱਲ ਸਾਹਿਬ, ਇੱਕ ਤਾਂ ਮੇਰਾ ਮੁੰਡਾ ਬਹੁਤ ਪਰੇਸ਼ਾਨ ਹੈ, ਉੱਪਰ ਸੇ ਉਸਕਾ ਵੀਜ਼ਾ ਵੀ ਐਕਸਟੈਂਡ ਨਹੀਂ ਹੋ ਰਹਾ ਹੈ, ਕੁਛ ਤਾਂ ਕਰੋ। ਦੇਖੋ ਪੰਡਿਤ ਜੀ, ਉਸ ਵੇਲੇ ਜੋ ਸਾਡੀ ਬਾਤ ਹੋਈ ਸੀ ਨਾ, ਉਹ ਹੋਈ ਸੀ ਬੱਚੇ ਬਾਹਰ ਭੇਜਣੇ ਕੀ, ਉੱਥੇ ਜਾ ਕੇ ਪੱਕੇ ਕਰਾਉਣ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ। ਗਿੱਲ ਸਾਹਿਬ, ਉਸ ਵੇਲੇ ਤੋਂ ਇਹ ਥਾ ਕਿ ਬੱਚੋਂ ਕੋ ਨਸ਼ੋਂ ਸੇ ਦੂਰ ਰੱਖੂੰ, ਇਸ ਲਈ ਭੇਜ ਦੂੰ। ਦੇਖੋ, ਇੱਕ ਤਾਂ ਆਪ ਉਸ ਵਕਤ ਬਾਤ ਸੁਣਤੇ ਨਹੀਂ ਪੂਰੀ, ਬਸ ਕੱਲੇ ਬਾਹਰ ਭੇਜ ਦਿਓ, ਬਾਹਰ ਭੇਜ ਦਿਓ, ਬਾਹਰ ਭੇਜ ਦਿਓ, ਦੇਖੋ ਰੱਟ ਲਗਾਏ ਰੱਖਦੇ ਸੀ। ਸੌਰੀ, ਮੈਂ ਕੁਝ ਨਹੀਂ ਕਰ ਸਕਦਾ। ਗਿੱਲ ਸਾਹਿਬ, ਕੁਛ ਤਾਂ ਕਰੋ। ਪੰਡਿਤ ਜੀ, ਆ ਨਾ ਬਾਹਲੇ ਹੱਥ ਜੇ ਨਾ ਜੋੜੋ ਮੇਰੇ ਸਾਹਮਣੇ, ਹੈਂ। ਹਾਂ, ਤੁਸੀਂ ਮੈਨੂੰ ਸ਼ਰਮਿੰਦਾ ਕਰਦੇ ਹੋ, ਸੋਚਣ ਦਿਓ ਥੋੜ੍ਹਾ ਜਿਹਾ। ਤੁਸੀਂ ਐਂ ਕਰੋ, ਰੁਪਈਏ 25 ਲੱਖ ਜਮ੍ਹਾਂ ਕਰਾ ਦਿਓ, ਅਤੇ ਕਰਦੇ ਹਾਂ, ਕੁਛ ਹੋ ਜੂਗਾ। ਠੀਕ ਹੈ ਗਿੱਲ ਸਾਹਿਬ, ਜਬ ਪੈਸੋਂ ਕਾ ਇੰਤਜ਼ਾਮ ਹੋ ਜਾਏਗਾ, ਮੈਂ ਆ ਜਾਊਂਗਾ। ਰਾਮ ਰਾਮ ਜੀ। ਅੱਛਾ ਪੰਡਿਤ ਜੀ, ਇੱਕ ਗੱਲ ਸੁਣੋ, ਉਹ ਤੁਸੀਂ ਅੱਜ ਕੱਲ੍ਹ ਉਹ ਜੋ ਹੈ MLA ਸਾਹਿਬ ਜੀ, ਉਹਨਾਂ ਕੋਲ ਜਾਂਦੇ ਹੁੰਦੇ ਹੋ? ਹੱਥ ਦੇਖਦੇ ਹੋ? ਕਭੀ ਕਭੀ ਜਾਤਾ ਹੂੰ ਜੀ, ਕੋਈ ਨਾ, ਹੱਥ ਦੇਖ ਲੂੰਗਾ।
ਫਿਰ ਦੇਖੋਗੇ? ਫਿਰ ਦੇਖ ਲੂੰਗਾ ਜਾਂ ਪੈਸੇ ਲੈ ਕੇ ਆਊਂਗਾ। ਧੰਨਵਾਦ ਜੀ, ਧੰਨਵਾਦ, ਧੰਨਵਾਦ। ਰਾਮ ਰਾਮ ਜੀ, ਰਾਮ। ਮਾਲ ਜਰੂਰ ਜੀ, ਜਰੂਰ ਮਾਲ ਦੀ ਕਿਹੜੀ ਗੱਲ ਹੈ, ਫੜੋ ਬੇਬੀ। ਔਰ ਰੱਬਾ ਸਾਨੂੰ ਵੀ ਚਿੱਟੇ ਦੀ ਕੁੜੀ ਬਣਾ ਦਿੰਦਾ, ਹੱਥਾਂ ਹੀ ਫੜ ਕੇ ਸੁੰਘਦੀ ਤਾਂ ਰਹਿੰਦੀ। ਫਿਰੋਜ਼ ਬਾਈ, ਮੈਨੂੰ ਸਮਾਨ ਦੇ ਦੇ। ਫਿਰੋਜ਼ ਬਾਈ, ਹੋਰਾਂ ਲਈ? ਤੇਰੇ ਲਈ ਤਾਂ ਫਿਰੋਜ਼ ਹਾਂ। ਹਾਏ, ਮਾਰ ਜੂਗਾ। ਪੈਸਾ ਹੈਗਾ? ਇੱਕ ਵਾਰ ਮੇਰੀ ਹੋ ਜਾ, ਮਾਲ ਵੀ ਮਿਲ ਜੂ। ਪੈਸਿਆਂ ਦਾ ਇੰਤਜ਼ਾਮ ਨਹੀਂ ਹੋਇਆ, ਆ ਲੈ ਚੈਨ ਰੱਖ ਲੈ। ਸਾਰਿਆਂ ਨੂੰ ਵੰਡਦੇ ਹੋਏ, ਪੈਸੇ ਤੋਂ ਬਿਨਾਂ ਤਾਂ ਮਾਲ ਮੈਂ ਕਿਸੇ ਨੂੰ ਸੁੰਘਣ ਨਾ ਦੇਵਾਂ। ਚੱਲ ਤੈਨੂੰ ਵਧੀਆ ਮਾਲ ਦਿੰਦਾ, ਉਹ ਵੀ ਫ੍ਰੀ। ਆ ਚੱਲ। ਦੇਖ ਫਿਰੋਜ਼, ਮੈਨੂੰ ਸਮਾਨ ਦੇ ਦੇ। ਮਾਲ ਵੀ ਮਿਲ ਜੂਗਾ, ਪਰ ਆਪਣੀ ਇਮਾਨਤ ਤੂੰ ਆ ਫੜ। ਦੇਖ ਫਿਰੋਜ਼, ਤੂੰ ਠੀਕ ਨਹੀਂ ਕਰ ਰਿਹਾ ਮੇਰੇ ਨਾਲ, ਮੈਨੂੰ ਸਮਾਨ ਦੇ ਦੇ ਪਲੀਜ਼। ਛੱਡ ਦੇ ਫਿਰੋਜ਼। ਚੱਲ ਛੱਡਤਾ। ਵੈਸੇ ਜੇ ਪੈਸੇ ਬਿਨਾਂ ਮਾਲ ਨਾ ਦਮਾਫੇ। ਪਲੀਜ਼ ਫਿਰੋਜ਼, ਮੈਨੂੰ ਸਮਾਨ ਦੇ ਦੇ, ਮੇਰੀ ਜਾਨ ਟੁੱਟਦੀ ਆ। ਮਾਰ ਦੇ, ਮਾਰ ਦੇ, ਅੱਜ ਤਾਂ ਮੇਰੀ ਜਾਨ ਮਾਰ ਹੀ ਦੇ। ਚੱਲ ਮਾਰ ਦੇ ਫਿਰੋਜ਼, ਮੈਨੂੰ ਸਮਾਨ ਦੇ ਦੇ, ਮੈਨੂੰ ਸਮਾਨ ਦੇ ਦੇ ਪਲੀਜ਼ ਫਿਰੋਜ਼, ਏਦਾਂ ਨਾ ਕਰ ਪਲੀਜ਼, ਮੈਨੂੰ ਸਮਾਨ ਦੇ ਦੇ। ਫਿਰੋਜ਼, ਤੇਰਾ ਤੇਰੇ ਪਿੱਛੇ ਸਾਰੀ ਦੁਨੀਆ ਨਾਲ ਲੜ ਸਕਦਾ, ਤੂੰ ਫਿਰੋਜ਼ ਨੂੰ ਸਮਝਦੀ ਕਿਉਂ ਨਹੀਂ ਪਈ ਹੈ? ਇੱਕ ਗੱਲ ਆਖਾਂ ਤੈਨੂੰ, ਸੁਣ। ਪਲੀਜ਼ ਫਿਰੋਜ਼, ਪਹਿਲਾਂ ਸਮਾਨ ਦੇ ਦੇ ਮੈਨੂੰ ਪਲੀਜ਼, ਜਿੱਦਾਂ ਕਹੇਂਗਾ ਉੱਦਾਂ ਕਰਾਂਗੇ। ਇੱਕ ਗੱਲ ਕਹਾਂ, ਜਾਨੇ ਤੇਰੇ ਚ ਤਾਂ ਚਿੱਟੇ ਤੋਂ ਵੀ ਜ਼ਿਆਦਾ ਨਸ਼ਾ ਹੈ, ਖਿੱਚ ਲਾ, ਖਿੱਚ ਲਾ।
ਮੈਨੂੰ ਮਾਰ ਕੇ ਵੀ ਇਹ ਨਾ ਸੋਚ ਲਈ ਰਾਜ, ਤੂੰ ਬਚ ਜਾਏਗਾ। ਕਰ ਲੈ ਸਬੂਤ ਇਕੱਠੇ। ਨਹੀਂ ਡਾਕਟਰ ਸਾਹਿਬ, ਨਹੀਂ ਐਦਾਂ ਨਹੀਂ ਮਾਰਨਾ। ਉਹ ਵੀ ਇਸ ਮਹਾਨ ਹਸਤੀ ਨੂੰ ਜਿਹਨੇ ਰਾਜ ਨਾਲ ਪੰਗਾ ਲੈਣ ਦੀ ਜ਼ਰੂਰਤ ਕੀਤੀ ਹੈ। ਹਾਏ ਰੱਬਾ, ਐਡਾ ਜ਼ੁਲਮ ਨਾ ਕਰਾਈ। ਆਓ ਡਾਕਟਰ ਸਾਹਿਬ ਆਓ, ਤੁਹਾਨੂੰ ਵੀ ਕਰਾਉਣੇ ਆ ਜੰਨਤ ਦੀ ਸੈਰ। ਤੁਹਾਨੂੰ ਪਤਾ ਲੱਗੇ ਕਿ ਨਸ਼ਾ ਕਿਸ ਬਲਾ ਦਾ ਨਾਂ ਹੈ। ਡਾਕਟਰ ਸਾਹਿਬ ਜੇ ਤਾਂ ਬਚ ਗਏ ਫਿਰ ਤਾਂ ਚੱਲ ਜਾਓ ਪੁਲਿਸ ਕੋਲ, ਤੇ ਜੇ ਰੱਬ ਨੂੰ ਪਿਆਰੇ ਹੋ ਗਏ ਤੇ ਫਿਰ ਜਾ ਕੇ ਦੱਸ ਦਿਓ ਸਾਡੀਆਂ ਕੀਆਂ ਤੋਤਾਂ ਉਸ ਰੱਬ ਨੂੰ। ਓਕੇ ਡਾਕਟਰ ਸਾਹਿਬ, ਲਓ ਨਜ਼ਾਰੇ। ਰਾਜ ਦੇ ਰਾਜ ਵਿੱਚ ਰਾਜ ਹੀ ਰਾਜ ਕਰ ਸਕਦਾ। ਆ ਦੇਖੋ ਜਨਾਬ। ਜਨਾਬ ਇਹ ਤਾਂ ਡਾਕਟਰ ਹਰਮਨ ਨੇ ਜੀ, ਚੈੱਕ ਕਰੋ। ਨੋ ਮੋਰ, ਦੇਖ ਲਓ ਸਰ ਕੀ ਜ਼ਮਾਨਾ ਆ ਗਿਆ। ਕਹਿਣ ਨੂੰ ਤਾਂ ਨਸ਼ਾ ਮੁਕਤ ਕੇਂਦਰ ਚਲਾਉਂਦੇ ਨੇ ਪਰ ਖੁਦ ਨਸ਼ਾ ਕਰਕੇ ਮਰ ਗਏ। ਕੁਛ ਤਾਂ ਗੜਬੜਾ। ਇਹਦੇ ਘਰਦਿਆਂ ਨੂੰ ਇਤਲਾਹ ਕਰੋ ਤੇ ਬੜੀ ਨੂੰ ਕੱਪੜੇ ਨਾਲ। ਮੇਰੇ ਕੋਲ ਨੰਬਰ ਹੈਗਾ ਇਹਨਾਂ ਦੇ ਘਰ ਦਾ, ਇਹਦੇ ਘਰਦਿਆਂ ਨੂੰ ਫੋਨ ਲਾ। ਫੋਨ ਕਰੋ ਜੀ। ਹੈਲੋ। ਹੈਲੋ ਹੈਲੋ, ਐਂਬੂਲੈਂਸ ਹਰਮਨਸ ਵਾਈਫ? ਹਾਂਜੀ, ਕੌਣ ਬੋਲ ਰਹੇ ਜੀ? ਸਾਨੂੰ ਇੱਕ ਡੈੱਡ ਬੋਡੀ ਮਿਲੀ ਹੈ ਜੀ। ਹਾਂਜੀ, ਧੀਰੇ ਪੱਤਰਾਂ ਦੇ ਪਿੰਡ ਦੇ ਬਾਹਰ। ਉਹਦੀ ਸ਼ਨਾਖਤ ਲਈ ਤੁਹਾਨੂੰ ਆਉਣਾ ਪੈਣਾ। ਏਰੀਆ ਸੀਲ ਕਰ ਦਿਓ ਸਾਰਾ, ਜਲਦੀ ਏਰੀਆ ਸੀਲ ਕਰੋ। ਹਰਮਨ ਤੇਰਾ ਵੀਰਾ। ਹੈਲੋ ਹੈਲੋ ਪਾਪੀ, ਕੀ ਬੋਲ ਰਹੀ? ਹੈਲੋ ਹੈਲੋ ਪਾਪੀ, ਬੋਲ ਤੇ ਸੀ। ਹੈਲੋ 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 ਹਰਮਨ। ਨਸ਼ਾ ਵੇਚਣ ਵਾਲੇ, ਜੇ ਮੈਂ ਜੜ ਤੋਂ ਨਾ ਖਤਮ ਕਰਦਾ ਨਾ ਤਾਂ ਗੁਰਮਨ ਮੇਰਾ ਨਾਮ ਨਹੀਂ। ਗੁਰਮਨ, ਆਪਣੇ ਗੁੱਸੇ ਨੂੰ ਕੰਟਰੋਲ ਚ ਰੱਖ, ਰੱਬ ਸਭ ਠੀਕ ਕਰੇਗਾ।
ਅੱਛਾ ਅੱਜ ਦੇ ਨੌਜਵਾਨਾਂ ਨੂੰ ਨਸ਼ੇ ਪੱਤਿਆਂ ਤੋਂ ਬਚਾਈ, ਇਹਨਾਂ ਨੂੰ ਸਹੀ ਦਿਸ਼ਾ ਦਿਖਾਈ, ਮੇਰੀ ਅਰਦਾਸ ਪ੍ਰਵਾਨ ਕਰੋ। ਠੀਕ ਕਹਿ ਰਹੇ ਹੋ, ਯੂ ਆਰ ਰਾਈਟ। ਉਹ ਫਿਕਰ ਨਾ ਕਰੋ ਜਨਾਬ ਜੀ। ਉਹ MLA ਸਾਹਿਬ ਆਓ ਜੀ, ਆਓ। ਜੈ ਹਿੰਦ। ਬੈਠੋ। ਕੀ ਹਾਲ ਹੈ ਰਾਜ? ਉਹ ਸੋਰੀ ਸੋਰੀ ਰਾਜ ਭਾਅ ਜੀ। ਹੁਣ ਠੀਕ ਹੈ, ਤੂੰ ਦੱਸ ਇੰਨੀ ਸਵੇਰੇ ਸਵੇਰੇ। ਭਾਅ ਜੀ ਖੇਪ ਮਿਲ ਗਈ ਆ ਅਤੇ ਪੈਸੇ ਵੀ ਮਿਲ ਜਾਣਗੇ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਓਪੋਜੀਸ਼ਨ ਪਾਰਟੀ ਦੇ ਲੀਡਰ, ਉਹਨਾਂ ਦਾ ਨਾਂ ਬਹੁਤ ਫੈਲਿਆ ਹੋਇਆ ਅਤੇ ਇਲੈਕਸ਼ਨ ਵੀ ਆਉਣ ਵਾਲੇ ਆ। ਅਤੇ ਤੁਸੀਂ ਚਾਹੁੰਦੇ ਹੋ ਕਿ ਉਸ ਲੀਡਰ ਦਾ ਨਾਮ ਸੁਨਹਿਰੇ ਅੱਖਰਾਂ ਨਾਲ ਲਿਖਿਆ ਜਾਵੇ ਅਤੇ ਉਹ ਵੀ ਉਹਦੇ ਖੂਨ ਨਾਲ। MLA ਸਾਹਿਬ, ਜਦੋਂ ਤੱਕ ਮੈਂ ਉਦੋਂ ਤੱਕ ਤੂੰ MLA ਰਹੇਗਾ, ਅਤੇ ਜੇ ਮੈਂ ਮਰ ਗਿਆ ਫਿਰ ਗੱਲ ਵੱਖਰੀ ਹੈ। ਸ਼ੁਭ ਸ਼ੁਭ ਬੋਲੋ ਭਾਅ ਜੀ, ਮਰਨ ਤੁਹਾਡੇ ਦੁਸ਼ਮਣ, ਪਰ ਇੱਕ ਗੱਲ ਹੈ ਰਾਜ ਭਾਅ ਜੀ, ਇਹ ਕੰਮ ਬੜੇ ਧਿਆਨ ਨਾਲ ਕਰਨਾ ਪੈਣਾ। ਬਰਾੜ, ਹੁਣ ਤੂੰ ਮੈਨੂੰ ਸਿਖਾਏਗਾ? ਉਹ ਕਹਿੰਦੇ ਨੇ ਨਾ, ਜਿਸ ਕਾ ਕਾਮ ਉਸੀ ਕੋ ਸਾਜੇ ਔਰ ਕਰੇ ਤੋ ਚੂਹਤੀਆ ਲਾਗੇ। ਰਾਜ ਭਾਅ ਜੀ, ਬਰਾੜ ਸਾਹਿਬ ਦੀ ਗੱਲ ਨੂੰ ਮਜ਼ਾਕ 'ਚ ਨਾ ਲਿਓ, ਇਸ ਕੰਮ 'ਚ ਮੈਂ ਤੁਹਾਡੇ ਨਾਲ ਹਾਂ। ਮਹਿੰਦਰ ਜੀ, ਤੁਸੀਂ ਆਪਣੇ ਸਰਕਾਰੀ ਕੰਮ ਤੱਕ ਦੇ ਕਰ ਨਾ ਸਕੇ ਅਤੇ ਮੇਰਾ ਕੀ ਕਰੋਗੇ? ਰਾਜ ਭਾਅ ਜੀ, ਓਹੋ ਤੁਸੀਂ ਵੀ ਨਾ, ਬਸ ਬਸ। MLA ਸਾਹਿਬ, ਤੈਨੂੰ ਕੀ ਲੱਗਦਾ ਇਹ ਇੰਨਾ ਸੌਖਾ ਹੋ ਜੂਗਾ? ਤੂੰ ਕੀ ਸੋਚਦਾ ਹੋ ਜੂਗਾ ਸ਼ਮਸ਼ੇਰ? ਹਾਂਜੀ ਭਾਅ ਜੀ। ਤੂੰ ਦੱਸ ਮੇਰੇ ਲਈ ਕੀ ਕਰ ਸਕਦਾ? ਭਾਅ ਜੀ, ਮੈਂ ਤੁਹਾਡੇ ਲਈ ਜਾਨ ਲੈ ਵੀ ਸਕਦਾ ਅਤੇ ਜਾਨ ਦੇ ਵੀ ਸਕਦਾ। ਦੋ ਫਿਰ। ਓ ਓ, ਬਸ ਬਸ ਸ਼ਮਸ਼ੇਰ, ਸਾਨੂੰ ਤੇਰੇ 'ਤੇ ਭਰੋਸਾ। ਰਾਜ ਦੇ ਰਾਜ ਵਿੱਚ ਰਾਜ ਹੀ ਰਾਜ ਕਰ ਸਕਦਾ। ਫਰੈਂਡਸ, ਐਸ ਯੂਅਰ ਕਾਲਜ ਪ੍ਰੈਜ਼ੀਡੈਂਟ ਐਂਡ ਰਿਸਪੋਂਸੀਬਲ ਸਿਟੀਜਨ ਆਫ ਇੰਡੀਆ, ਦੋਸਤੋ ਅੱਜ ਮੈਂ ਤੁਹਾਡੇ ਕੋਲ ਇੱਕ ਸਪੋਰਟ ਚਾਹੁੰਦਾ, ਉਹ ਵੀ ਇੱਕ ਬਹੁਤ ਜ਼ਰੂਰੀ ਕੰਮ ਲਈ। ਜਿੱਦਾਂ ਕਿ ਅਸੀਂ ਜਾਣਦੇ ਹਾਂ, ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਕਿੱਦਾਂ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਤਬਾਹ ਕਰ ਰਹੇ ਨੇ, ਅਤੇ ਇਸ ਨੂੰ ਰੋਕਣ ਵਾਸਤੇ ਮੈਂ ਇੱਕ ਮਿਸ਼ਨ ਬਣਾਇਆ, ਉਸ ਮਿਸ਼ਨ ਦਾ ਨਾਮ ਹੈ ਮਿਸ਼ਨ ਨੌਕਆਊਟ। ਪਲਾਨ ਤਾਂ ਤੇਰਾ ਬਹੁਤ ਚੰਗਾ ਗੁਰਮਨ, ਪਰ ਸਾਨੂੰ ਸਾਰਿਆਂ ਨੂੰ ਇੱਕ ਜੁਟਾਉਣਾ ਪੈਣਾ, ਕਿਉਂਕਿ ਬਹੁਤ ਵੱਡੇ ਸਪਲਾਇਰ ਇਸ 'ਚ ਇਨਵੋਲਵ ਨੇ, ਇਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਲੋਕਾਂ ਦਾ ਹੱਥ ਹੈ ਇਸ 'ਚ। ਮੈਂ ਜਾਣਦਾ, ਇਸ ਕੰਮ ਨੂੰ ਕਹਿਣਾ ਜਿੰਨਾ ਆਸਾਨ ਉਨਾ ਹੀ ਮੁਸ਼ਕਲ ਹੈ, ਪਰ ਫਿਰ ਵੀ ਮੈਂ ਇਸ ਮਿਸ਼ਨ ਨੂੰ ਆਪਣੇ ਪਿੰਡ ਤੋਂ ਸ਼ੁਰੂ ਕਰੂੰਗਾ। ਸਾਡੇ ਪਿੰਡ ਦੇ ਸਰਪੰਚ ਬਹੁਤ ਚੰਗੇ ਨੇ, ਮੈਨੂੰ ਉਹਨਾਂ 'ਤੇ ਪੂਰੀ ਉਮੀਦ ਹੈ, ਪਰ ਫਿਰ ਵੀ ਜੇ ਕਿਸੇ ਨੇ ਮੇਰਾ ਸਾਥ ਨਾ ਦਿੱਤਾ, ਮੈਂ ਇਸ ਮਿਸ਼ਨ ਨਾਲ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਾਂਗਾ। ਮੈਨੂੰ ਆਪਣੇ ਰੱਬ 'ਤੇ ਪੂਰਾ ਭਰੋਸਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਰਿਪੋਰਟਰ ਜ਼ੋਇਆ, ਕੈਮਰਾਮੈਨ ਪ੍ਰਗਟ ਸਿੰਘ ਨਾਲ।
ਤੁਸੀਂ ਵੇਖ ਰਹੇ ਹੋ ਆਉਣ ਵਾਲਾ ਕੱਲ ਤੇ ਅੱਜ ਆਪਾਂ ਦੇਖ ਰਹੇ ਹਾਂ ਕਿ ਕਿੱਦਾਂ ਪੰਜਾਬ ਦੇ ਯੂਥ ਨੇ ਨਸ਼ਿਆਂ ਨੂੰ ਜੜ ਤੋਂ ਉਖਾੜਨ ਵਾਸਤੇ ਫੈਸਲਾ ਕੀਤਾ ਤੇ ਇਸ ਕੰਮ ਦੀ ਕਮਾਂਡ ਫੜੀ ਹੈ ਖਾਲਸਾ ਕਾਲਜ ਪ੍ਰੈਜ਼ੀਡੈਂਟ ਗੁਰਮਨ ਸਿੱਧੂ ਨੇ। ਥੈਂਕ ਯੂ ਯਾਰ, ਥੈਂਕ ਯੂ, ਗੋਡ ਬਲੇਸ ਯੂ। ਗੁਰਮਨ, ਆ ਤੈਨੂੰ ਕਿਸੇ ਨਾਲ ਮਿਲਾਵਾਂ। ਜ਼ੋਇਆ, ਇਹ ਨੇ ਸਾਡੇ ਕਾਲਜ ਦੇ ਪ੍ਰੈਜ਼ੀਡੈਂਟ ਗੁਰਮਨ। ਗੁਰਮਨ, ਇਹ ਨੇ ਪ੍ਰੈਸ ਰਿਪੋਰਟਰ ਜ਼ੋਇਆ। ਹਾਏ ਗੁਰਮਨ। ਹਾਏ ਜ਼ੋਇਆ। ਅੱਜ ਤੋਂ ਬਾਅਦ ਇਸ ਮਿਸ਼ਨ ਦੇ ਵਿੱਚ ਇਹ ਵੀ ਸਾਡੇ ਨਾਲ ਆ। ਵੈਲਕਮ ਟੂ ਆਵਰ ਟੀਮ। ਬਸ ਤੁਹਾਡੀ ਕਮੀ ਮਹਿਸੂਸ ਹੋ ਰਹੀ ਸੀ, ਸੋ ਰੱਬ ਨੇ ਉਹ ਵੀ ਪੂਰੀ ਕਰਤੀ। ਕੀ ਮਤਲਬ? ਆਈ ਮੀਨ, ਮੀਡੀਆ ਤੋਂ ਬਗੈਰ ਸਾਰੇ ਕੰਮ ਅਧੂਰੇ ਨੇ। ਵੈਸੇ ਗੱਲਾਂ ਤਾਂ ਤੁਸੀਂ ਬਹੁਤ ਹੀ ਵਧੀਆ ਕਰ ਲੈਂਦੇ ਹੋ, ਪਰ ਇੱਕ ਗੱਲ ਦੱਸਾਂ, ਮੇਰਾ ਨਾਮ ਜ਼ੋਇਆ ਹੈ ਜੀ। ਨਹੀਂ, ਆ ਕੌਣ ਆ ਗਏ ਪ੍ਰਾਹੁਣੇ? ਅੱਛਾ, ਓਏ ਤਾਂ ਆਪਣੇ ਹੀ ਬੱਚੇ ਆ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਬਈ, ਆ ਜਾਓ, ਲੰਘਿਓ। ਚੰਗਾ ਹੋਇਆ ਘਰੇ ਮਿਲ ਗਿਆ। ਜੀ ਆਇਆਂ ਨੂੰ, ਪੁੱਤਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ, ਜਿਉਂਦੇ ਰਹੋ। ਬੈਠੋ 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 ਬੈਠੋ, ਪੁੱਤਰ ਤੁਸੀਂ ਵੀ ਬੈਠੋ। ਹੋਰ ਸੁਣਾਓ, ਕੀ ਹਾਲ? ਬਸ ਠੀਕ ਆ ਜੀ, ਘਰੇ ਸਭ ਠੀਕ ਠਾਕ ਆ। ਹੋਰ ਦੱਸੋ ਪੁੱਤਰ ਜੀ, ਕਿਵੇਂ ਆਉਣਾ ਹੋਇਆ? ਸਰਪੰਚ ਸਾਹਿਬ, ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਹੈ। ਦੱਸੋ ਪੁੱਤਰ। ਸਰਪੰਚ ਸਾਹਿਬ, ਅਸੀਂ ਸਾਰੇ ਕਮਿਸ਼ਨ 'ਤੇ ਹਾਂ। ਜਿਵੇਂ ਤੁਸੀਂ ਵੇਖ ਰਹੇ ਹੋ, ਪੰਜਾਬ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਆਪਣੀ ਜ਼ਿੰਦਗੀ ਖਰਾਬ ਕਰ ਰਹੇ ਹਨ, ਔਰ ਇਸ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਲਈ ਮੈਨੂੰ ਤੁਹਾਡਾ ਸਾਥ ਚਾਹੀਦਾ। ਅਸੀਂ ਸਾਰੇ ਜਣੇ ਰਲ ਕੇ ਇਸ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਾਂਗੇ। ਸੱਚੀ, ਇਹ ਤਾਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਤਾਂ। ਵੈਲ ਡਨ ਪੁੱਤਰ, ਅੱਜ ਜ਼ਰੂਰਤ ਆ ਤੁਹਾਡੇ ਜਿਹੇ ਨੌਜਵਾਨਾਂ ਦੀ, ਜਿਹੜੇ ਪੰਜਾਬ 'ਚੋਂ ਨਸ਼ੇ ਨੂੰ ਖਤਮ ਕਰਨ। ਮੈਂ ਤੁਹਾਡੇ ਨਾਲ, ਪਰ ਮੈਨੂੰ ਕਰਨਾ ਕੀ ਪਊਗਾ? ਸਰਪੰਚ ਸਾਹਿਬ, ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਘਰ ਘਰ ਦੇ ਵਿੱਚ ਜਾ ਕੇ ਅਸੀਂ ਆਪਣੇ ਬੱਚਿਆਂ ਨੂੰ ਇਸ ਨਸ਼ੇ ਦੇ ਕੋਹੜ ਤੋਂ ਕਿਵੇਂ ਬਚਾਉਣਾ ਤੇ ਦੱਸੀਏ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਕਿਵੇਂ ਫੜਾਉਣਾ। ਠੀਕ ਆ, ਮੈਂ ਤੁਹਾਡੇ ਨਾਲ ਹਾਂ, ਮੈਂ ਬਾਕੀ ਸਰਪੰਚਾਂ ਨਾਲ ਵੀ ਗੱਲ ਕਰਾਂਗਾ। ਇਹ ਤਾਂ ਨਹੀਂ ਪਤਾ ਜੀ ਕੌਣ ਹੈ, ਲੇਕਿਨ ਉਹਦੀ ਕੰਡੀਸ਼ਨ ਬਹੁਤ ਖਰਾਬ ਆ। ਪਲੀਜ਼ ਤੁਸੀਂ ਜਲਦੀ ਆ ਜਾਓ। ਹਾਂਜੀ, ਕਰਦੇ ਜੀ। ਚੱਕੋ ਚੱਕੋ, ਧਿਆਨ ਨਾਲ ਚੱਕੋ। ਜਜਮਾਨ, ਆਪਕੇ ਗ੍ਰਹੋ ਕੇ ਅਨੁਸਾਰ ਆਪਕੋ ਸੱਤਾ ਮੇ ਆਨੇ ਸੇ ਕੋਈ ਨਹੀਂ ਰੋਕ ਸਕਤਾ। ਔਰ ਆਪ ਹੀ ਹੋਗੇ ਆਨੇ ਵਾਲੇ MLA। ਪੰਡਿਤ ਜੀ, ਇੱਕ ਵਾਰ ਮੈਨੂੰ MLA ਬਣ ਦਿਓ, ਫਿਰ ਦੇਖਿਓ ਮੈਂ ਉਸ ਰਾਜ ਦਾ ਕੀ ਹਾਲ ਕਰਦਾ। ਉਹਦਾ ਇਹਨੇ ਕਾਊਂਟਰ ਦੇਖੀ ਕਿੱਥੇ ਕਰਾਉਂਦਾ ਲਿਜਾ ਕੇ। ਹਾਂਜੀ ਢਿੱਲੋਂ ਸਾਹਿਬ, ਬੜੀ ਪਲੈਨਿੰਗ ਸ਼ਲੈਨਿੰਗ ਚੱਲ ਰਹੀ ਆ। ਰਾਜ ਦਾ ਇਨਕਾਊਂਟਰ ਕਰੋਗੇ, MLA ਬਣੋਗੇ,
MLA ਬਣੋਗੇ ਤਾਂ ਨਾ। ਕੁਝ ਕੰਮ ਰਾਜ ਨੂੰ ਆਪ ਹੀ ਕਰਨੇ ਪੈਂਦੇ ਨੇ। ਸਤਿ ਸ੍ਰੀ ਅਕਾਲ ਸੁਖ ਭਾਜੀ। ਸਤਿ ਸ੍ਰੀ ਅਕਾਲ। ਆ ਪੈ ਜਾ। ਉਹ ਕਾਕੇ ਰੋਟੀ ਲੈ ਗਿਆ MLA ਸਾਹਿਬ ਵਾਸਤੇ। ਸੁਖ ਭਾਜੀ ਦੇਖਿਆ ਫਿਰ ਰਾਜ ਭਾਜੀ ਦਾ ਕਮਾਲ, ਸਿੱਧੀ ਐਨ ਸਿੱਧੀ ਠਾ ਮੱਥੇ ਚ ਗੋਲੀ ਮਾਰੀ ਹੈ। ਮੇਰਾ ਜੀ ਕਰਦਾ ਤੁਹਾਨੂੰ ਸਾਰੀ ਚੰਡਾਲ ਚੌਂਕੜੀ ਨੂੰ ਖੜੇ ਕਰਕੇ ਸਾਹਮਣੇ ਤੇ ਮਾਰ ਮਾਰ ਕੇ ਚਪੇੜਾ ਤੁਹਾਡਾ ਬੂਥਾ ਵਿਗਾੜਦਾ। ਤੁਹਾਨੂੰ ਸਿਰਫ ਉਹੀ ਬੰਦਾ ਲੱਭਿਆ ਸੀ ਕਤਲ ਕਰਾਉਣ ਵਾਸਤੇ, ਤੁਹਾਡੇ ਕੋਲ ਹੋਰ ਬੰਦਾ ਹੀ ਨਹੀਂ ਸੀ ਕੋਈ। ਸੁਖ ਭਾਜੀ ਤੁਸੀਂ ਤੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਰਾਜ ਭਾਜੀ ਕਿਸੇ ਦੀ ਨਹੀਂ ਸੁਣਦੇ। ਓਏ ਯਾਰ, ਹਰ ਘਰ ਦੇ ਵਿੱਚ ਦੁਸ਼ਮਣ ਬੈਠਾ, ਕੱਲ ਨੂੰ ਕੋਈ ਜਾ ਜਾਂਦੀ ਹੋ ਜਾਵੇ ਕੋਈ ਅਕਲ ਕਰ ਲਿਆ ਕਰੋ ਯਾਰ। ਸੁਖ ਭਾਜੀ ਮੇਰੇ ਹੁੰਦੇ ਹੋਇਆ ਰਾਜ ਭਾਜੀ ਵੱਲ ਕੋਈ ਅੱਖ ਚੱਕ ਕੇ ਨਹੀਂ ਵੇਖ ਸਕਦਾ। ਬਿਜ਼ਨਸ ਨਾ ਬੰਦ ਕਰਾ ਦਿਆਂ ਉਹਦਾ, ਤੇਰੇ ਨਾਲ ਲਾ ਦਿੰਦਾ ਬੰਦੇ ਮਾਰਨ ਨੂੰ, ਪੈਸੇ ਦੇ ਦਿਆ ਕਰੀ। ਸੁਖ ਭਾਜੀ ਤੁਸੀਂ ਫਿਕਰ ਨਾ ਕਰਿਆ ਕਰੋ, ਰਾਜ ਨੂੰ ਪਤਾ ਹੈ ਕੀ ਕਰਨਾ। ਵੈਸੇ ਢਿੱਲੋਂ ਹੈ ਤਾਂ ਕੁੱਤਾ ਬੰਦਾ ਹੀ ਸੀ, ਚੱਲ ਰੱਬ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਕੋਈ ਨਾ, ਅੱਗੇ ਤੋਂ ਤਿਆਰ ਰੱਖੀ ਤੂੰ, ਵੈਸੇ ਚਿਕਨ ਸਵਾਦ ਹੈ। ਮੰਤਰੀ ਜੀ ਤੁਹਾਡੇ ਸ਼ਹਿਰ ਵਿੱਚ ਕੀ ਹੋ ਰਿਹਾ? ਇੱਕ ਆਮ ਆਦਮੀ ਦੀ ਗੱਲ ਤਾਂ ਛੱਡੋ, ਇੱਕ ਨੇਤਾ ਮਾਰ ਦਿੱਤਾ ਗਿਆ, ਨਾ ਕੋਈ ਗਵਾਹ ਤੇ ਨਾ ਕੋਈ ਸਬੂਤ। ਤੁਸੀਂ ਫਿਕਰ ਨਾ ਕਰੋ ਜੀ, ਸਾਡੀ ਕਾਰਵਾਈ ਚੱਲ ਰਹੀ। ਸਰ ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ, ਕੁਝ ਕਲੂ ਮਿਲੇ ਨੇ, ਇੱਕ ਨਾਮ ਵਾਰ ਵਾਰ ਆ ਰਿਹਾ। ਰਾਜ, ਮਿਸਟਰ ਰਾਜ। ਅੱਛਾ ਰਾਜ ਭਾਜੀ, ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਉਹ ਇੱਕ ਬਹੁਤ ਵੱਡੇ ਬਿਜ਼ਨਸਮੈਨ ਆ। ਸਰ ਉਹ ਕਹਿੰਦੇ ਨੇ ਨਾ, ਹਾਥੀ ਦੇ ਦੰਦ ਖਾਣ ਦੇ ਹੋਰ ਤੇ ਵਿਖਾਉਣ ਦੇ ਹੋਰ ਆ। ਸਰ ਇੱਕ ਵਾਰੀ ਸਾਨੂੰ ਖੁੱਲ੍ਹ ਕੇ ਕੰਮ ਕਰ ਲੈਣ ਦਿਓ, ਇਹਨਾਂ ਕੋਠੀਆਂ ਵਾਲਿਆਂ ਨੂੰ ਜੇ ਕੋਠੜੀਆਂ 'ਚ ਨਾ ਨਾ ਪਾਇਆ ਤਾਂ ਮੇਰਾ ਨਾਂ ਵੀ ਪੰਜਾਬ ਸਿੰਘ ਨਹੀਂ। ਪੰਜਾਬ ਸਿੰਘ ਜੀ। ਸਰ ਸਰ ਗੱਲ ਤਾਂ ਤੁਹਾਡੀ ਸਹੀ ਆ, ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਰਾਜ ਨੂੰ ਕੀ ਮਿਲੂ ਢਿੱਲੋਂ ਸਾਹਿਬ ਨੂੰ ਮਾਰ ਕੇ। ਮੈਨੂੰ ਰਿਜ਼ਲਟ ਚਾਹੀਦਾ, ਤੁਹਾਡੀਆਂ ਗੱਲਾਂ ਨਹੀਂ। ਜੀ ਸਰ। ਤੁਸੀਂ ਫਿਕਰ ਨਾ ਕਰੋ ਸਰ, ਅਸੀਂ ਸਬੂਤਾਂ ਦੇ ਨਾਲ ਮਿਲਾਂਗੇ। ਇੱਕ ਮਿੰਟ, ਕੋਈ ਕਾਲ ਆ ਰਹੀ ਹੈ, ਦੇਖਣਾ ਜ਼ਰੂਰੀ ਨਾ ਹੋਵੇ। ਦੇਖ ਲਓ ਸ਼ਾਇਦ ਜ਼ਰੂਰੀ ਹੋਵੇ। ਯਾਰ ਰੁਕ ਜਾ। ਓਕੇ ਦੇਖੋ ਯਾਰ ਕਿਹਦਾ ਫੋਨ। ਹੈਲੋ। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਓ ਸੋਰੀ, ਮੈਂ ਬਾਈਕ ਤੇ ਸੀ, ਤੁਹਾਡਾ ਫੋਨ ਚੁੱਕ ਨਹੀਂ ਸਕਿਆ। ਰਾਜ ਭਾਜੀ ਮਿਲਣਾ ਚਾਹੁੰਦੇ ਤੈਨੂੰ? ਅੱਛਾ ਅੱਛਾ, ਰਾਜ ਜੀ ਨੂੰ? ਰਾਜ ਭਾਜੀ ਨੂੰ ਆਪਾਂ ਕੱਲ ਮਿਲ ਲੈਂਦੇ ਹਾਂ। ਓਕੇ ਓਕੇ, ਠੀਕ ਆ ਜੀ। ਗਿੱਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਗੁਰਮਨ ਉਹ ਦੇਖ, ਕੁਝ ਗਲਤ ਹੋ ਰਿਹਾ। ਓ ਸਾਨੂੰ ਵੀ ਦਵਾ ਦੇ ਇੱਕ ਸੂਟਾ। ਮੈਨੂੰ ਪੱਕਾ ਕੋਈ ਗੜਬੜ ਲੱਗਦੀ, ਸਾਨੂੰ ਜਾਣਾ ਚਾਹੀਦਾ। ਲੱਗਦਾ ਇੱਥੇ ਕੋਈ ਦੋ ਨੰਬਰ ਦਾ ਕੰਮ ਚੱਲ ਰਿਹਾ। ਚੱਲ ਕੇ ਦੇਖੀਏ ਆਪਾਂ। ਤੂੰ ਇੱਦਾਂ ਕਰ, ਪੁਲਿਸ ਨੂੰ ਫੋਨ ਕਰ, ਮੈਂ ਹੁਣੇ ਆਇਆ। ਮੈਂ ਤੁਹਾਡੇ ਨਾਲ ਚੱਲਦੀ ਹਾਂ। ਓ ਯਾਰ ਐ ਕੀ, ਚੱਲ ਆ ਜਾ ਫਿਰ। ਤੂੰ ਉਧਰ ਚੱਲ, ਮੈਂ ਇਧਰੋਂ ਆਉਂਦੀ ਹਾਂ। ਓਕੇ ਓਕੇ ਓਕੇ।
ਓਏ ਓਏ ਤੂੰ ਅੱਜ ਫੇਰ ਨਸ਼ਾ ਕਰ ਰਿਹਾ ਚੁੱਪ ਛੱਡ ਓਏ ਓਏ ਆਪਣੇ ਮਾਂ ਪਿਓ ਬਾਰੇ ਸੋਚ ਕਿੰਨੀ ਮਿਹਨਤ ਨਾਲ ਉੱਥੇ ਬਾਹਰ ਪੈਸਾ ਕਮਾ ਕਮਾ ਕੇ ਤੈਨੂੰ ਭੇਜਦੇ ਨੇ ਤੇ ਤੂੰ ਨਸ਼ੇ ਚੋੜਾਉਣਾ ਓਏ ਛੱਡ ਦੇ ਇਸ ਨੂੰ ਹਟ ਹਟ ਜਾ ਚਲਿਆ ਜਾ ਇੱਥੋਂ ਗੁਰਮਨ ਰਾਣੇ ਆ ਕੌਣ ਹੈ ਜਿਹੜਾ ਬਕਵਾਸ ਕਰਦਾ ਇਹ ਹੀਰੋ ਆ ਸਾਡੇ ਕਾਲਜ ਦਾ ਪ੍ਰੈਜ਼ੀਡੈਂਟ ਕਿੰਨੀ ਵਾਰੀ ਕਿਹਾ ਅੱਛਾ ਤੂੰ ਹੈ ਨੌਕਆਊਟ ਵਾਲਾ ਗੁਰਮਨ ਗੁਰਮਨ ਪ੍ਰਧਾਨ ਕੌਣ ਹੈ ਤੂੰ ਓਏ ਤੂੰ ਫੜਾਏਗਾ ਸਾਨੂੰ ਪੁਲਿਸ ਵਾਲਿਆਂ ਨੂੰ ਦੂਰ ਰਹਿ ਮੇਰੇ ਤੋਂ ਦੂਰ ਫੜ ਲੈ ਇਹਨੂੰ ਭਾਈ ਮੈਂ ਵੀ ਮੈਂ ਇਹਨੂੰ ਓਏ ਕਿਉਂ ਤੂੰ ਲੱਤਾਂ ਭਣਾਉਣੀਆਂ ਮੈਂ ਇੱਥੋਂ ਵੱਡਿਆ ਪ੍ਰਧਾਨ ਆ ਹਲੋ ਇਹਨੂੰ ਜੋਇਆ ਬਚ ਲੈ ਜੋਇਆ ਸੇਵਾਦਾਰ ਹਾਂ ਸੇਵਾਦਾਰ ਸੇਵਾ ਕਰਨੀ ਵੀ ਜਾਣਦੇ ਹਾਂ ਤੇ ਕਰਾਉਣੀ ਵੀ ਪਤਾ ਮੈਨੂੰ ਸੇਵਾ ਕਰਾਉਣੀ ਵੀ ਜਾਣਦੇ ਹੁਕਮ ਕਰੋ ਮਾਇਆ ਚਾਹੀਦੀ ਸੀ ਥੋੜ੍ਹੀ ਜੀ ਦੇ ਦਿਓ ਨਾ ਤੋੜ ਲੱਗੀ ਪਈ ਪੈਸੇ ਦੇਖ ਤੈਨੂੰ ਪਤਾ ਹੀ ਹੈ ਅੱਜ ਕੱਲ੍ਹ ਹੱਥ ਤੰਗ ਹੈ ਅਤੇ ਗਿੱਲ ਦੇ ਕਬੂਤਰ ਘੱਟ ਹੀ ਉੱਡਦੇ ਨੇ ਗਿੱਲ ਸਾਹਿਬ ਮੈਂ ਵੀ ਤਾਂ ਤੁਹਾਡੀ ਕਬੂਤਰੀ ਹਾਂ ਚਲੋ ਇੱਦਾਂ ਕਰੋ ਆ ਘੜੀ ਰੱਖ ਲਓ ਇਹ ਵੀ ਤਾਂ ਬ੍ਰਾਂਡ ਆ ਕਿਉਂ ਕਿੰਨੇ ਦੀ ਲਈ ਸੀ ਕਾਹਨੂੰ ਲਈ ਜਿੱਦਾਂ ਮੈਂ ਤੁਹਾਨੂੰ ਦੇਤੀ ਉਦਾਂ ਸਮਝ ਲਓ ਮੈਨੂੰ ਕਿਸੇ ਨੇ ਦੇਤੀ ਕਾਹਨੂੰ ਵੱਖਰੇ ਜੇ ਕਰੀ ਜਾਂਦੇ ਹੋ ਦੇ ਦਿਓ ਨਾ ਪੈਸੇ ਥੋੜ੍ਹੇ ਜਿਹੇ ਕਿੰਨੇ ਕੁ ਨਾਲ ਕੰਮ ਸਰੂ ਤੇਰਾ 2-3 ਹਜ਼ਾਰ ਦੇ ਦਿਓ ਉਹਨੇ ਕਿ ਨਾ ਸਰ ਜਾਏਗਾ ਉਹ ਇੰਨੇ ਤਾਂ ਹੈ ਨਹੀਂ ਗੇ ਮੇਰੇ ਕੋਲ ਤਾਂ 400-500 ਰੁਪਇਆ ਮਸਾਂ ਹੈ ਗਿੱਲ ਸਾਹਿਬ ਇੱਦਾਂ ਨਾ ਕਰੋ ਚਲੋ 1,000 ਰੁਪਇਆ ਦੇ ਦਿਓ ਤੋੜ ਲੱਗੀ ਪਈ ਆ ਮੇਰੇ ਕੋਲ ਤਾਂ 700 ਰੁਪਇਆ ਠੀਕ ਹੈ
ਇਹਦੇ ਨਾਲ ਆਪਦਾ ਕੰਮ ਚਲਾ ਲੈ, ਨਹੀਂ ਤਾਂ ਘੜੀ ਚੱਕ ਵਾਪਸ। ਗੱਲ ਸੁਣ, ਇਹ ਘੜੀ ਨਾਲੋਂ ਤੇਰੀ ਜ਼ਿੰਦਗੀ ਦੀ ਘੜੀ ਖਰਾਬ ਚੱਲ ਰਹੀ ਹੈ, ਬਚਾ ਲੈ ਇਹਨੂੰ। ਓਕੇ ਗਿਲ ਸਾਹਿਬ, ਬਾਏ, ਲਵ ਯੂ, ਥੈਂਕ ਯੂ। ਜਵਾਨੀ ਕਿਹੜੇ ਰਾਹ ਤੁਰ ਪਈ ਹੈ, ਚਲੋ ਆਪਾਂ ਕੀ ਲੈਣਾ, ਆਪਾਂ ਤਾਂ ਸੇਵਾਦਾਰ ਹਾਂ, ਸੇਵਾਦਾਰ। ਸ਼ੁਰੂ ਕਰਤਾ, ਮੈਨੂੰ ਨਸ਼ੇ ਦੀ ਤੋੜ ਲੱਗੀ ਆ, ਘਰ ਦਾ ਹਾਲ ਵੇਖ ਕੀ ਬਣਾਤਾ, ਉਹ ਰੱਬ ਦਾ ਵਾਸਤਾ ਕੀ ਬਣਿਆ ਪਿਆ, ਕਿਉਂ ਦਿਮਾਗ ਖਰਾਬ ਕਰਦਾ ਤੂੰ, ਐ ਨਹੀਂ ਸੱਟਣ, ਚੱਲ ਤੈਨੂੰ ਮਾਰ ਤਾਂ ਅੰਦਰ, ਹੁਣ ਬਾਹਰ ਛੱਡ ਦੇ, ਛੱਡ ਦੇ ਮੇਰੇ ਕੋਲ, ਕੋਈ ਚੀਜ਼ ਨਹੀਂ ਛੱਡੀ, ਛੱਡ ਦੇ, ਬਾਹਰ ਨਿਕਲੇਗਾ ਤੂੰ, ਮੈਂ ਪਿਆਰ ਨਾਲ ਪਿਆਰ ਲੱਤਾਂ ਬਾਹਾਂ ਤੋੜ ਕੇ ਮੈਂ ਪਾਉਣਾ ਤੈਨੂੰ ਮੰਜੇ ਤੇ, ਉਹ ਅਸੀਂ ਹੈਗੇ ਤੇਰੇ ਨਾਲ, ਮਰਦਾ ਸਾਲਾ, ਦੱਸ ਤਾਂ ਸਹੀ ਕੀ ਚਾਹੀਦਾ, ਚਾਹੀਦਾ ਇਹਨੂੰ ਨਸ਼ਾ, ਮੇਰੀ ਲੜਾਈ ਹੋ ਜਾਣੀ ਉਹਨਾਂ ਨਾਲ, ਐਵੇਂ ਕਾਹਨੂੰ ਬੋਲੀ ਜਾਂਦੀ, ਚੁੱਪ ਰਿਹਾ ਕਰ, ਬਹੁਤ ਜ਼ਰੂਰੀ ਕੰਮ ਹੈ, ਮੇਰੇ ਨਾਲ ਚੱਲੋਗੇ? ਹਾਂਜੀ, ਰੁਕ ਜਾ ਯਾਰ, ਸੱਚੀ ਗੁਰਮਨ ਬੜਾ ਬਦਲ ਗਿਆ, ਤੂੰ ਰੋ ਨਾ ਸੀਰਤ। ਕੀ ਗੱਲ ਸੀਰਤ, ਕੀ ਹੋਇਆ, ਤੂੰ ਫਿਕਰ ਨਾ ਕਰ ਯਾਰ, ਅਸੀਂ ਨਾਲ ਆ ਤੇਰੇ, ਰੋਨੀ ਕਿਉਂ ਆ ਤੂੰ? ਸੱਚੀ ਗੁਰਮਨ ਪਹਿਲਾਂ ਸਾਰਾ ਟਾਈਮ ਮੇਰੇ ਨਾਲ ਰਹਿੰਦਾ ਸੀ ਤੇ ਹੁਣ ਉਸ ਜ਼ੋਇਆ ਨਾਲ, ਮਾੜੀ ਗੱਲ ਹੈ ਵੈਸੇ, ਐਦਾਂ ਲੱਗਦਾ ਗੁਰਮਨ ਉਸ ਰਿਪੋਰਟ ਨਾਲ ਕੁਝ ਜ਼ਿਆਦਾ ਘੁੰਮਦਾ, ਪਹਿਲਾਂ ਤਾਂ ਤੇਰੇ ਨਾਲ ਰਹਿੰਦਾ ਸੀ। ਚੱਲ ਛੱਡ, ਸਾਡੇ ਨਾਲ ਚੱਲ, ਉਹਨੂੰ ਉਹਦੇ ਨਾਲ ਜਾ, ਉਹ ਤੇਰਾ ਵੀ ਮੂਡ ਬਦਲ ਜਾਊਗਾ, ਅਸੀਂ ਤੇਰੇ ਨਾਲ ਆ, ਸਾਨੂੰ ਤਾਂ ਪਤਾ ਗੁਰਮਨ ਹੈ ਹੀ ਇਦਾਂ ਦਾ, ਉਹ ਚੱਲ ਤੂੰ ਨਾ ਸੁਣ ਇਹਨਾਂ ਨੂੰ, ਨਹੀਂ ਯਾਰ ਮੈਨੂੰ ਮੇਰਾ ਗੁਰਮਨ ਚਾਹੀਦਾ ਬਸ, ਚੱਲ ਓਏ ਬੁੱਗੀ, ਨਸ਼ੇੜੀ ਕਿਸੇ ਥਾਂ ਦੇ ਮੇਰੇ ਨਾਲ ਬਕਵਾਸ ਕਰਨ, ਚੱਲ ਭੱਜ ਜਾ ਇੱਥੇ, ਚੱਲ ਸੈਂਡੀ, ਉਹ ਚੱਲ, ਕਮ ਔਨ, ਨਹੀਂ ਕੱਲਿਆਂ ਨਾਲ ਰੋਣ ਨਾਲ ਚੰਗਾ ਤੂੰ ਸਾਡੇ ਨਾਲ ਚੱਲ, ਚੱਲ ਤੂੰ, ਅਸੀਂ ਬੈਠੇ ਨੇ ਤੇਰੇ ਹੰਝੂ ਪੂੰਝਣ, ਚੱਲ ਆ ਯਾਰ ਤੇਰਾ ਮੂਡ ਫਰੈਸ਼ ਕਰੀਏ, ਗੁਰਮਨ ਤਾਂ ਹੋ ਗਿਆ ਹੁਣ ਫਰ, ਚੱਲ ਤੇ ਨਵਾਂ ਨਜ਼ਾਰਾ ਦਿਖਾਉਣੇ, ਗੁਰਮਨ ਨੂੰ ਭੁੱਲ ਜਾਏਗੀ, ਯੈਸ, ਇਹਦੇ ਨਾਲ ਗੱਲ ਕਰਕੇ ਹੀ ਜਾਣੀ ਹੈ, ਤੂੰ ਚੁੱਪ ਰਹੀ, ਹਲ ਮੈਂ ਆਪੇ ਕਰੂੰ, ਖੜ ਜਾਓ, ਉਹ ਖੜ ਜਾਓ, ਖੜੇ ਆ, ਇਹਨੂੰ ਹੱਥ ਧੋਣ ਦੀ ਪਈ ਹੈ, ਸਾਡੀ ਜ਼ਿੰਦਗੀ ਧੋਤੀ ਪਈ ਹੈ, ਆ ਜਾਓ ਬਹਿ ਜਾਓ ਇੱਥੇ ਬਹਿ ਜਾਓ, ਉਹ ਕਿੱਥੇ ਆ ਤੁਹਾਡਾ ਭਾਨਾ ਪ੍ਰਧਾਨ? ਕਿਹੜਾ ਭਾਨਾ ਪ੍ਰਧਾਨ, ਉਹ ਤਾਂ ਆਪ ਦਾਰੂ ਨਾਲ ਟੁੱਲ ਹੋ ਕੇ ਪਿਆ ਘਰੇ ਬੇਹੋਸ਼ ਹੋਇਆ, ਓਏ ਅੱਜ ਤੋਂ ਮੈਂ ਹੀ ਪ੍ਰਧਾਨ, ਹੁਣ ਕੀ ਕਰਾਂ ਦੱਸ ਫਿਰ, ਮੇਰੇ ਕਹੇ ਬਿਨਾ ਕੋਈ ਬੰਦਾ ਝੋਨਾ ਲਾਉਣ ਨਹੀਂ ਆਊਗਾ, ਮੈਂ ਦੱਸਦੀ ਗੱਲ, ਜਿੰਨਾ ਚਿਰ ਸਾਨੂੰ ਜ਼ਮੀਨ ਨਹੀਂ ਦਿੰਦੇ ਤੁਸੀਂ, ਇੱਕ ਕਿੱਲਾ ਦੇ ਦੋ, ਕਿਹੜੀ ਜ਼ਮੀਨ ਤੇਰੀ ਓਏ, ਬੀਜਾਂਗੇ ਟੋਡੇ,
ਖਾ ਕੇ ਕਰਾਂਗੇ ਕੰਮ, ਨਾ ਨਹੀਂ ਅਸੀਂ ਨਹੀਂ ਕਰਦੇ। ਹਾਂ ਸਾਡੇ ਦਾਦੇ ਪੜਦਾਦੇ ਵੀ ਡੋਡੇ ਬੀਮਾ ਖਾਂਦੇ ਆਏ ਨੇ, ਅੱਜ ਕੱਲ ਚਿੱਟੇ ਸਾਲੇ ਪਤਾ ਨਹੀਂ ਕਿੱਥੋਂ ਚੱਲ ਪਏ, ਬੇੜਾ ਗਰਕ ਕਰਤਾ ਮੁੰਡਿਆਂ ਨੇ ਆਪਦਾ ਵੀ ਸਾਡਾ ਵੀ, ਨਾ ਸਾਨੂੰ ਨਸ਼ਾ ਮਿਲਦਾ ਸਮਝ ਗਏ, ਥੋਡਾ ਬੁੜਾ ਵੀ ਖਾਂਦਾ ਰਿਹਾ ਪਹਿਲਾਂ ਫੀਮਾ। ਚਲੋ ਭੱਜ ਸਾਲੇ। ਕਿਉਂ ਭੱਜ ਗਏ, ਅੱਜ ਦੇ ਬਾਅਦ ਕੋਈ ਬੰਦਾ ਝੋਨਾ ਲਾਉਣ ਨਹੀਂ ਆਊਗਾ ਇੱਥੇ। ਓ ਚਲੋ ਇੱਥੋਂ। ਓ ਨਹੀਂ ਜਾਓ, ਇੱਦਾਂ ਕਿੱਦਾਂ ਜਾਓ, ਜੁੱਤੀਆਂ ਨਾ ਖਾ ਲਿਓ। ਓ ਸਾਨੂੰ ਦੇ ਦਿਓ ਇੱਕ ਕਿੱਲਾ, ਅਸੀਂ ਥੋੜੇ ਡੋਡੇ ਬੀਜ ਕੇ ਆਪਦਾ ਤਾਂ ਗੁਜ਼ਾਰਾ ਕਰਦੇ ਰਵਾਂਗੇ। ਓਏ ਅਸੀਂ ਨਸ਼ਾ ਵਰਨਾ ਨਹੀਂ ਤੇਰੇ ਆ ਕੇ ਇੱਥੇ ਕਿਸੇ ਨੇ ਗੱਲਾਂ ਕਰਦੇ ਬੀਜਣ ਨੂੰ ਕਹਿੰਦੇ ਆ ਸਾਲ। ਓ ਗੇਲੇ ਸਾਹ ਦੇ ਕਬੂਤਰੋ, ਉੱਥੇ ਜਾਣਾ ਜਿੱਥੇ ਤੁਹਾਨੂੰ ਮਿਲੂਗਾ ਖਾਣ ਨੂੰ ਦਾਣਾ, ਗਿੱਲ ਸਾਹਿਬ ਦੇ ਜਾਲ 'ਚ ਨਾ ਫਸ ਜਾਣਾ। ਮੈਨੂੰ ਲੱਗਦਾ ਇਹ ਕਬੂਤਰੀ ਵੀ ਗਿੱਲ ਸਾਹਿਬ ਦੀ ਛੱਤਰੀ 'ਤੇ ਬੈਠੀ ਲੱਗਦੀ ਹੈ। ਪੁੱਛਦੇ ਆ ਵੇਖਦੇ ਹੈ। ਮੈਂ ਕਿਹਾ ਕਮਲ ਗਏ ਸਾਡੇ ਡੰਡੇ 'ਤੇ ਬਹਿ ਜਾ, ਅਸੀਂ ਕਿਹੜਾ ਤੇਰੇ ਝੁੰਡੀਆਂ ਵੜਦੇ ਹੈ। ਡੰਡੇ 'ਤੇ ਬਹਿ ਜਾ, ਜੱਦਾ ਡੰਡੇ ਦਾ ਕੋਈ ਨਹੀਂ, ਹੱਥ ਨਾ ਲਾ ਕੇ ਚੱਲ, ਕੋਈ ਇਹਦੇ ਨਾਲ ਤਾਂ ਦੋ ਦਿਨ ਨਿਕਲਣਗੇ। ਆ ਲਾ ਗਿਆ ਮਖਾ ਕਮਲ ਗਏ ਨੂੰ ਕਿੱਧਰ ਲੈ ਗਈ, ਸਾਨੂੰ ਵੀ ਨਾਲ ਹੀ ਲੈ ਜਾ, ਇਹਦੇ ਤਾਂ ਕੁੱਤੇ ਫੇਲ ਹੈ। ਉਹ ਭਾਈ ਸਾਹਿਬ ਸਾਈਕਲ ਦੇ ਹੈ, ਮੇਰੇ ਨੀ ਕਿਤੇ ਹੋਰ ਹੀ ਉਲਟਾ ਸਮਝੀ ਜਾਓ, ਕਮਾਲ ਕਰੀ ਜੇ ਯਾਰ ਤੁਸੀਂ ਤਾਂ। ਹਾਂ ਕਦੋਂ ਦਾ ਫੋਨ ਕੀਤਾ ਹੋਇਆ ਗੁਰਮਨ ਨੂੰ, ਹਾਲੇ ਤੱਕ ਨਹੀਂ ਆਇਆ, ਜਦ ਦੇਖੋ ਜ਼ੋਇਆ ਜ਼ੋਇਆ ਜ਼ੋਇਆ। ਗੁਰਮਨ ਜ਼ਿੰਦਗੀ ਖਰਾਬ ਹੋ ਗਈ ਇਹਦੇ ਪਿੱਛੇ ਲੱਗ ਕੇ ਮੇਰੀ, ਚੰਗਾ ਇਹਦੇ ਨਾਲ ਪਿਆਰ 'ਚ ਪਈ ਆ। ਅੱਛਾ ਉਹ ਨਹੀਂ 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 ਉਹ ਕੋਈ ਗੱਲ ਨਹੀਂ ਯਾਰ, ਕੋਈ ਗੱਲ ਨਹੀਂ, ਚੱਲ ਠੀਕ ਆ, ਓਕੇ ਬਾਏ ਹਰੀ। ਸੀਰਤ ਪਤਾ ਨਹੀਂ ਮੈਨੂੰ ਸੱਦ ਕੇ ਕਿੱਥੇ ਚਲੇ ਗਈ, ਚੱਲੀ ਨਾ ਹੋਵੇ ਤੇ। ਸੀਰਤ ਲੈ ਤੂੰ ਤਾਂ ਆ ਬੈਠੀ ਹੋਈ ਹੈ। ਗੁਰਮਨ ਤੂੰ ਆ ਗਿਆ, ਕੀ ਹੋਇਆ ਤੈਨੂੰ, ਕੀ ਹੋਇਆ ਤੈਨੂੰ? ਜਦ ਦੇਖੋ ਜ਼ੋਇਆ 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 ਕਰਦਾ ਰਹਿਣਾ, ਮੇਰੇ ਨਾਲ ਵੀ ਟਾਈਮ ਸਪੈਂਡ ਕਰ ਲਿਆ ਕਰ ਯਾਰ। ਤੂੰ ਸ਼ਰਾਬ ਪੀਤੀ ਹੈ? ਤੂੰ ਸਿਰਫ ਮੇਰਾ ਹੈ, ਮੈਨੂੰ ਪਤਾ ਤੂੰ ਸ਼ਰਾਬ ਪੀ ਕੇ ਚੱਲ, ਜ਼ੋਇਆ ਕੋਲ ਨਹੀਂ ਜਾਏਗਾ ਹੁਣ, ਬਸ ਚੱਲ ਉੱਠ, ਤੂੰ ਮੇਰੇ ਨਾਲ ਰਹੇਗਾ, ਤੂੰ ਹੋਰ ਕਿਸੇ ਕੋਲ ਨਹੀਂ ਜਾਏਗਾ। ਪਾਗਲੇ ਉਹ ਤੂੰ ਤਾਂ ਇਸ ਨਸ਼ੇ ਨੂੰ ਰੋਕਣ ਵਾਸਤੇ ਮੇਰੇ ਨਾਲ ਵਾਅਦੇ ਤੇ ਵਾਅਦੇ ਕੀਤੇ ਸੀ, ਭੁੱਲ ਗਈ ਹੁਣ ਤੂੰ, ਕਮੜੀ ਲਾਉਂਦੇ ਤੈਨੂੰ ਕੁਝ ਨਹੀਂ ਸਮਝ ਆਉਂਦਾ। ਤੂੰ ਜ਼ੋਇਆ ਕੋਲ ਨਹੀਂ ਜਾਏਗਾ ਪਹਿਲਾਂ ਮੈਨੂੰ ਕਹਿ, ਚੱਲ ਤੇਰੇ ਸਿਰ ਕਹਿ, ਤੂੰ ਜ਼ੋਇਆ ਕੋਲ ਨਹੀਂ ਜਾਏਗਾ, ਤੂੰ ਚੱਲ ਚੱਲ ਫਿਰ, ਤੂੰ ਮੇਰਾ ਹੈ। ਚੰਗਾ ਬਸ ਵੀ ਕਰ ਹੁਣ, ਓਹ ਮੇਰਾ, ਓ ਦੇਖੀ ਧਿਆਨ ਨਾਲ ਡਿੱਗਣਾ ਪਈ ਕਿਤੇ, ਓਏ ਮੇਰਾ ਹੈ ਮੇਰਾ, ਚੁੱਪ ਹੋ ਤੂੰ, ਚੁੱਪ ਹੋ ਜਾ, ਚੱਲ। ਆਈ ਲਵ ਯੂ ਗੁਰਮਨ। ਹਾਏ ਓ ਮੇਰੇ ਰੱਬਾ, ਕਮਲੀ ਪਤਾ ਨਹੀਂ ਕਿੱਥੋਂ ਪੀ ਕੇ ਆ ਗਈ, ਹੁਣ ਤੇਰੇ ਕਰਕੇ ਮੈਨੂੰ ਆ ਵੀ ਕੰਮ ਕਰਨੇ ਪੈਣਗੇ। ਹੈਲੋ, ਹਾਏ ਗੁਰਮਨ। ਹਾਂ ਮੈਂ ਤੈਨੂੰ ਕਰਦਾ, ਕੀ ਹਾਲ ਹੈ ਤੁਹਾਡਾ? ਯਾਰ ਕੁਛ ਨਹੀਂ ਹੈ, ਮੈਂ ਤੈਨੂੰ ਹੁਣੇ 2 ਮਿੰਟ ਚ ਕਾਲ ਕਰਦਾ, ਬੈਕ ਕਾਲ ਕਰਦਾ। ਗੁਰਮਨ ਆ ਪਿੱਛੋਂ ਕੀ ਨਹੀਂ ਆਵਾਜ਼ਾਂ ਆ ਰਹੀਆਂ ਨੇ, ਮੈਂ ਹੁਣੇ ਕਰਦਾ ਤੈਨੂੰ ਕਾਲ। ਕੀ ਯਾਰ ਕਿਹਦੇ ਨਾਲ ਗੱਲ ਕਰ ਰਹੇ ਹੋ ਤੂੰ? ਚੱਲ ਇੱਥੇ ਬੈਠ ਬੈਠ, ਫੋਨ ਕੱਟ ਦਾ, ਭੁੱਲ ਜਾਏਗੀ ਪਾਗਲੇ ਤੂੰ। ਲੈ ਮੈਂ ਸੋ ਗਈ, ਸਾਰੇ ਗਿੱਲੇ ਕਰਕੇ ਰੱਖ, ਸੌ ਜਾ। ਤੂੰ ਕਿੱਥੇ ਚੱਲ ਰਿਹਾ ਗੁਰਮਨ? ਸਿਰਤ ਹੋਸ਼ ਚਾ ਗੁਰਮਨ, ਇਹ ਕੀ ਚੱਲ ਰਿਹਾ ਇੱਥੇ? ਮੇਰੀ ਗੱਲ ਸੁਣ, ਨਹੀਂ ਮੈਂ ਕੁਝ ਨਹੀਂ ਸੁਣਨਾ। ਜ਼ੋਇਆ ਉਹ ਮੇਰੀ ਗੱਲ, ਮੈਂ ਕੁਝ ਨਹੀਂ ਸੁਣਨਾ। ਜ਼ੋਇਆ ਇੱਕ ਵਾਰੀ ਪਲੀਜ਼ ਮੇਰੀ ਗੱਲ ਤਾਂ ਸੁਣ ਲੈ। ਜ਼ੋਇਆ
ਆਵਾਜ਼ ਕਾਹਦੀ ਆਈ ਆ? ਮੈਨੂੰ ਤਾਂ ਕੁਝ ਦੱਸਦੀ ਨੀ ਪੁੱਤ, ਤੂੰ ਹੀ ਪੁੱਛ ਲਾ। ਆ ਜਾ ਮੇਰਾ ਪੁੱਤ। ਜੋਇਆ, ਗੁਰਮਨ ਤੂੰ ਇੱਥੋਂ ਚਲਾ ਜਾ। ਤੂੰ ਮੇਰੇ ਪਿਆਰ ਨੂੰ, ਮੇਰੇ ਵਿਸ਼ਵਾਸ ਨੂੰ ਤੋੜਿਆ ਏ। ਜੋਇਆ, ਰੱਬ ਦੇ ਵਾਸਤੇ ਤੂੰ ਇੱਥੋਂ ਚਲਾ ਜਾ। ਕਿੱਥੇ ਜਾਵਾਂ? ਤੂੰ ਮੇਰੇ ਬਾਰੇ ਕੁਝ ਹੋਰ ਹੀ ਸੋਚ ਰਹੀ ਹੈ। ਉਹ ਤੁਸੀਂ ਕੀ ਰੌਲਾ ਪਾਇਆ ਹੈ? ਕਿਉਂ ਲੜੀ ਜਾਂਦੇ ਹੋ ਦੋਵੇਂ? ਅੰਮੀ ਤੁਸੀਂ ਵੀ। ਉਹ ਖੁਦਾ ਦਾ ਵਾਸਤਾ ਮੈਨੂੰ ਤਾਂ ਦੱਸੋ ਹੋਇਆ ਕੀ ਏ। ਅੰਮੀ ਇਹਨੂੰ ਕਹੋ ਇੱਥੇ ਚਲਾ ਜਾਏ, ਨਹੀਂ ਤੇ ਮੈਂ ਪਾਗਲ ਹੋ ਜਾਵਾਂਗੀ, ਮੈਂ ਪਾਗਲ ਹੋ ਜਾਵਾਂਗੀ। ਚਲੇ ਜਾਂਦਾ। ਪਰ ਮੇਰੀ ਇੱਕ ਗੱਲ ਯਾਦ ਰੱਖੀ, ਮੈਂ ਤੈਨੂੰ ਆਪਣਾ ਇੱਕ ਵਧੀਆ ਦੋਸਤ ਮੰਨਦਾ। ਮੈਂ ਸੀਰਤ ਨੂੰ ਪਿਆਰ ਕਰਦਾ ਸੀ, ਕਰਦਾ ਹਾਂ ਤੇ ਕਰਦਾ ਰਵਾਂਗਾ। ਮੈਂ ਤੇਰੀ ਦੋਸਤੀ ਵੀ ਨਹੀਂ ਗਵਾਉਣਾ ਚਾਹੁੰਦਾ। ਜੋਇਆ ਗੱਲ ਸੁਣ, ਗੱਲ ਤਾਂ ਸੁਣ ਮੇਰੀ ਗੁਰਮਨ, ਮੇਰੀ ਗੱਲ ਤਾਂ ਸੁਣ। ਕੋਈ ਗੱਲ ਨਹੀਂ ਕਰਨੀ, ਗੱਲ ਸੁਣ। ਕੀ ਆ? ਅੱਛਾ ਸੌਰੀ, ਸਵੇਰੇ ਸਵੇਰੇ ਦਿਮਾਗ ਖਰਾਬ ਕਰ ਰਹੀ। ਕੀ ਹੋਇਆ? ਅੱਛਾ ਦੱਸ ਤਾਂ ਸਹੀ, ਹੋਇਆ ਕੀ? ਚੱਲ ਚੱਲ ਹੁਣ ਮੇਰੀ ਗੱਲ ਸੁਣ ਤੇ ਇੱਥੇ ਬਹਿ। ਬਹਿ ਜਾ। ਹਾਂ ਬੋਲ। ਗੱਲ ਸੁਣ, ਤੂੰ ਯਾਰ ਆਪਣਾ ਮੂਡ ਠੀਕ ਕਰ। ਜੀਣਾ ਹਰਾਮ ਕਰ ਛੱਡਿਆ ਮੇਰਾ। ਇੱਕ ਆ ਦੇਖੋ ਪ੍ਰੈਸ ਰਿਪੋਰਟਰ, ਪਤਾ ਨਹੀਂ ਕੀ ਸਮਝਦੀ ਆਪਣੇ ਆਪ ਨੂੰ। ਚਪੇੜ ਖਾ ਕੇ ਆ ਗਈ ਨਾ ਅਕਲ? ਜੀ ਤਾਂ ਕਰਦਾ ਉਸ ਕਲਿਆਣੀ ਤੇ ਜੁੰਡੇ ਪੱਟ ਦਵਾਂ ਜਾ ਕੇ। ਦੋ ਮਿੱਠੇ ਬੋਲ ਕੇ ਬੋਲਤੇ, ਪਤਾ ਨਹੀਂ ਕੀ ਸਮਝ ਬੈਠੀ ਆਪਣੇ ਆਪ ਨੂੰ। ਚੱਲ ਛੱਡ, ਵਾਲੀ ਟੈਨਸ਼ਨ ਨਾ ਲੈ, ਤੂੰ ਫਿਕਰ ਨਾ ਕਰੀ ਜਾ। ਤੈਨੂੰ ਪਤਾ ਤੂੰ ਆਪਣੇ ਮੋਢਿਆਂ ਤੇ ਕਿੰਨੀ ਵੱਡੀ ਜ਼ਿੰਮੇਵਾਰੀ ਚੁੱਕੀ ਹੋਈ ਹੈ। ਰੱਬ ਕਰੇ ਪੰਜਾਬ ਦਾ ਹਰ ਨੌਜਵਾਨ ਆਪਣੇ ਨਸ਼ਿਆਂ ਨੂੰ ਛੱਡ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕੇ। ਜਨਾਬ ਆ ਦੇਖੋ, ਆ ਜਗ੍ਹਾ ਜਾਣੀ ਪਛਾਣੀ ਨਹੀਂ ਜਿੱਥੇ ਇਲੀਗਲ ਕੰਮ ਹੋ ਰਹੇ ਸੀ। ਸਰ ਇਹ ਤਾਂ ਰਾਜ ਦਾ ਉਹੀ ਪੁਰਾਣਾ ਗਡਾਊਨ ਹੈ ਜੋ ਕਈ ਸਾਲ ਪਹਿਲਾਂ ਆਪਾਂ ਬੰਦ ਕਰਵਾ ਦਿੱਤਾ ਸੀ। ਇੱਥੇ ਤਾਂ ਪਹਿਲਾਂ ਵੀ ਬਹੁਤ ਪੁੱਠੇ ਕੰਮ ਹੋ ਰਹੇ ਸੀ। ਓਏ ਐਂ ਕਰੋ, ਰਾਜ ਦੇ ਪੁਰਾਣੇ ਕੇਸ ਖੋਲੋ ਜਾ ਕੇ ਤੇ ਉਹਦੇ ਗਡਾਊਨ ਤੇ ਰੇਡ ਮਾਰੋ, ਸ਼ਾਇਦ ਸਾਨੂੰ ਉਹਦੇ ਖਿਲਾਫ ਕੋਈ ਕਲਿਊ ਮਿਲ ਜਾਏ। ਜੀ ਸਰ। ਜਨਾਬ ਜੀ ਲੈ, ਰੇਡ ਕੀ ਮਾਰਨੀ ਜਨਾਬ, ਰੇਡ ਤਾਂ ਪੈ ਗਈ। ਕਮਾਲ ਹੀ ਕਰ ਦਿੱਤਾ ਸਪੈਸ਼ਲ ਬ੍ਰਾਂਚ ਨੇ, ਇੱਕ ਸਲਿਊਟ ਤਾਂ ਬੰਦ ਹੈ ਜੀ। ਸਰਪੰਚ ਸਾਹਿਬ ਆ ਗਏ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆ ਪ੍ਰਸ਼ਾਦ ਲਓ ਜੀ ਗੁਰੂ ਘਰ ਦਾ। ਇੱਧਰ ਵੀ ਦਿਓ ਜੀ ਪ੍ਰਸ਼ਾਦ। ਭਾਗਾ ਵਾਲਿਆਂ ਜੀ ਕੀ ਹਾਲ? ਵਾਹਿਗੁਰੂ ਬਾਬਾ ਜੀ।
ਹੋਰ ਸੁਣਾਓ ਜੀ। ਮੇਰੀ ਗੱਲ ਸੁਣੋ ਸਰਪੰਚ ਸਾਹਿਬ, ਮੇਰੀ ਗੱਲ ਸੁਣੋ। ਗਿੱਲ ਰਾਜ ਦਾ ਖਾਸ ਬੰਦਾ ਹੈ, ਉਹਨੂੰ ਕੀ ਪਤਾ ਕਿੰਨੇ ਬਦਮਾਸ਼ ਬੰਦੇ ਹੈ, ਇਹਨਾਂ ਤੋਂ ਕੀ ਭਾਲਦੇ ਹੋ? ਜਿਹੜਾ ਤੁਹਾਡੇ ਕੋਲ ਆ ਉਹ ਵੀ ਲੈ ਕੇ ਜਾ ਰਹਿਣਗੇ। ਚੁੱਪ ਰਹਿ, ਕੋਈ ਨਾ ਕੋਈ ਨਾ ਕਰਦਾ, ਅੱਗੇ ਤੁਹਾਡੀ ਮਰਜ਼ੀ ਹੈ। ਹੋਰ ਗੁਰਮਨ ਕੀ ਹਾਲ ਆ? ਆਪਣਾ ਸਾਰਾ ਜਿੰਨਾ ਵੀ ਸੈਂਟਰ ਦਾ ਪੈਸਾ ਗਿੱਲ ਸਾਹਿਬ ਲਾ ਰਹੇ ਨੇ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਸੀ, ਬੜੀ ਖੁਸ਼ੀ ਵਾਲੀ ਗੱਲ ਹੈ। ਬੜੀ ਵਧੀਆ ਗੱਲ, ਮੈਂ ਸੌ ਗੱਲਾਂ ਮਰੀ ਜਾਂਦਾ, ਮੈਂ ਸਭ ਕੁਝ ਜਾਣਦਾ, ਤੇਰੀਆਂ ਕਾਸਤਾਨੀਆਂ। ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ। ਬਸ ਜਿਹੜੀ ਸੇਵਾ ਤੁਸੀਂ ਉਹ ਰਿਹੈਬ ਸੈਂਟਰ ਵਾਸਤੇ ਜ਼ਮੀਨ ਦੇ ਕੇ ਕਰ ਗਏ ਨਾ, ਕਮਾਲ ਹੀ ਕਰ। ਨਹੀਂ ਨਹੀਂ, ਸਾਡੀ ਸੇਵਾ ਕੀ ਹੈ, ਅਸਲੀ ਸੇਵਾ ਤਾਂ ਹੈਗੀ ਆ ਇਹਦੀ, ਗੁਰਮਨ ਦੀ, ਜਿੰਨੇ ਲੱਖਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਦਲਦਲ ਚੋਂ ਕੱਢਿਆ। ਮੈਂ ਤਕਰੀਬਨ ਸਾਰੇ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਮੋਹਤਬਾਰ ਬੰਦਿਆਂ ਨਾਲ ਗੱਲ ਕਰ ਲਈ ਹੈ, ਸਾਰੇ ਆਪਣੇ ਕੰਮ ਤੋਂ ਬਹੁਤ ਖੁਸ਼ ਆ, ਨਾਲੇ ਜ਼ਰੂਰਤ ਵੀ ਅੱਜ ਕੱਲ੍ਹ ਇਸੇ ਕੰਮ ਦੀ ਹੈ ਕਿ ਰਲ ਕੇ ਹਮਲਾ ਮਾਰੀਏ ਕਿ ਇਸ ਨਸ਼ੇ ਨੂੰ ਆਪਾਂ ਜੜ ਤੋਂ ਖਤਮ ਕਰੀਏ, ਆਪਾਂ ਆਪਣੀ ਆਉਣ ਵਾਲੀ ਨਸਲ ਬਚਾਈਏ ਅਤੇ ਅੱਜ ਦੀ ਨਸਲ ਬਚਾਈਏ। ਸਰਪੰਚ ਸਾਹਿਬ, ਹੁਣ ਤਾਂ ਪੁਲਿਸ ਵੀ ਜਗ੍ਹਾ ਜਗ੍ਹਾ 'ਤੇ ਛਾਪੇ ਮਾਰ ਰਹੀ ਹੈ, ਔਰ ਪੁਲਿਸ ਨੇ ਵਾਕੀ ਕਮਾਲ ਕਰਤੀ, ਪਤਾ ਨਹੀਂ ਕਿਹੜਾ ਨੇਕ ਬੰਦਾ ਸਾਡੇ ਇਸ ਮਿਸ਼ਨ ਨੂੰ ਕਾਮਯਾਬ ਕਰਨ ਲਈ ਚੋਰੀ ਛੁਪੇ ਇਹ ਕੰਮ ਕਰ ਰਿਹਾ। ਔਰ ਮੈਨੂੰ ਇੰਨੀ ਉਮੀਦ ਹੈ ਸਰਪੰਚ ਸਾਹਿਬ, ਇੰਨਾ ਫਕਰ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪਹਿਲਾਂ ਵਾਂਗੂ ਹਰ ਨੌਜਵਾਨ ਨਸ਼ੇ ਦੀਆਂ ਗੱਲਾਂ ਛੱਡ ਕੇ ਤਰੱਕੀ ਦੀਆਂ ਗੱਲਾਂ ਕਰੂਗਾ। ਜੇ ਤੁਹਾਡੀ ਇਜਾਜ਼ਤ ਹੋਵੇ ਪਹਿਲਾਂ ਜ਼ਮੀਨ ਦੇਖ ਲਈਏ। ਹਾਂਜੀ, ਫਿਰ ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰੂੰਗਾ। ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ। ਹਾਂਜੀ ਹਾਂਜੀ, ਸੇਵਾ ਕਰਨੀ ਵੀ ਜਾਣਦੇ ਹਾਂ। ਤੂੰ ਚੱਲ, ਮੈਂ ਆਇਆ। ਠੀਕ ਹੈ ਸਰਪੰਚ ਸਾਹਿਬ, ਯਾਦ ਰੱਖਣਾ ਆਪਾਂ ਜਲੰਧਰ ਵੀ ਜਾਣਾ। ਨਹੀਂ, ਮੈਨੂੰ ਯਾਦ ਆ ਪੂਰਾ। ਤੇ ਨਾਲੇ ਸਾਡੇ ਅਮਲੀਆਂ ਬਾਰੇ ਵੀ ਸੋਚੋ ਕੁਛ। ਹਾਂ ਭਾਜੀ, ਰਾਜ ਭਾਜੀ ਨੂੰ ਕਿਸੇ ਨੇ ਦੇਖਿਆ ਸੀ ਕੱਲ ਇੱਥੇ। ਕਿੱਥੇ? ਗੰਗਾਨਗਰ ਕੋਲੇ ਵੇਖਿਆ ਸੀ ਜੀ, ਪਰ ਕਹਿੰਦੇ ਕਾਰ ਤਾਂ ਹੈ ਨਹੀਂ ਸੀ ਉਹਨਾਂ ਕੋਲ। ਤੇ ਫਿਰ ਕਾਰ ਕੌਣ ਲੈ ਗਿਆ ਜੀ? ਉਹੀ ਲੱਭ ਰਹੇ ਆ ਜੀ, ਚਾਰੇ ਪਾਸੇ ਬੰਦੇ ਛੱਡੇ ਹੋਏ ਆ। ਹਾਂਜੀ ਗਿੱਲ ਸਾਹਿਬ, ਭਾਜੀ ਰਾਜ ਭਾਜੀ ਦਾ ਦੋ ਦਿਨ ਤੋਂ ਪਤਾ ਨਹੀਂ ਲੱਗ ਰਿਹਾ, ਸੁੱਖ ਭਾਜੀ ਵੀ ਬਹੁਤ ਪਰੇਸ਼ਾਨ ਨੇ। ਨਾ ਨਾ, ਉਹ ਮੈਨੂੰ ਵੀ ਲੱਗਦਾ ਆਉਣਗੇ। ਹਾਂ, ਮੈਂ ਥੋੜ੍ਹੀ ਦੇਰ 'ਚ ਪਹੁੰਚਦਾ। ਓਕੇ ਭਾਜੀ, ਹਰ ਥਾਂ 'ਤੇ ਲੱਭੋ ਉਹਨੂੰ। ਹਾਂਜੀ ਹਾਂਜੀ, ਲੱਭ ਰਹੇ ਹਾਂ ਜੀ। ਜੇ ਮੇਰੇ ਬੇਟੇ ਨੂੰ ਕੁਛ ਹੋ ਗਿਆ ਨਾ, ਮੈਂ ਧਰਤੀ ਪੱਟ ਦੂੰ ਧਰਤੀ। ਜੀ ਠੀਕ ਹੈ। ਸੁੱਖ ਭਾਜੀ, ਭਤੀਜੇ ਦਾ ਵਿਆਹ ਆ, ਤੁਸੀਂ ਆਰਾਮ ਕਰੋ, ਮੈਂ ਚੱਲਦਾ। ਜਾ ਬੱਲੀ, ਤੂੰ ਜਾ। ਡੈਡ, ਤੁਸੀਂ ਪਲੀਜ਼ ਟੈਨਸ਼ਨ ਨਾ ਲਓ। ਨਹੀਂ, ਮੈਂ ਟੈਨਸ਼ਨ ਨਹੀਂ ਲੈ ਰਿਹਾ ਪੁੱਤ, ਪਰ ਪਤਾ ਨਹੀਂ ਕਿਉਂ ਮੈਨੂੰ ਬਸ ਕੁਛ ਠੀਕ ਨਹੀਂ ਲੱਗ ਰਿਹਾ। ਵੀਰ ਨੇ ਆਈ ਜਾਣਾ, ਨਾਲੇ ਪਹਿਲੀ ਵਾਰ ਥੋੜ੍ਹੀ ਇੱਦਾਂ ਦੀ ਗੱਲ ਹੋਈ ਆ। ਜਾ, ਸਹੀ ਕਹਿ ਰਿਹਾ। ਬੱਲੀ ਜੀ, ਆਪਾਂ ਚੱਲਦੇ ਹਾਂ ਵਿਆਹ 'ਤੇ, ਨਾਲੇ ਦੇਖਦੇ ਹਾਂ ਪੰਜਾਬ ਦਾ ਵਿਆਹ ਕਿੱਦਾਂ ਦਾ ਹੁੰਦਾ। ਚੱਲ ਠੀਕ ਹੈ, ਮੈਂ ਤਿਆਰ ਹੋ ਕੇ ਆਉਣਾ। ਤੂੰ ਤਿਆਰ ਹੋ ਜਾ। ਕਿੱਦਾਂ ਬੱਲੀ, ਹੋਰ ਕਿਵੇਂ ਹੈ? ਉਹ ਤਿਆਰ ਨਹੀਂ ਹੋਇਆ, ਆਪਾਂ ਵਿਆਹ 'ਤੇ ਜਾਣਾ। ਤੈਨੂੰ ਤਾਂ ਪਤਾ ਹੀ ਹੈ। ਉਹ ਤੈਨੂੰ ਵੀ ਪਤਾ, ਰਾਜ ਭਾਜੀ ਮੁੱਢੀ ਨੇ ਉਹ ਜਸ ਕਹਿੰਦਾ ਸੀ ਮੈਂ ਵਿਆਹ 'ਤੇ ਤੁਹਾਡੇ ਨਾਲ ਜਾਣਾ, ਹੁਣ ਪਤਾ ਨਹੀਂ ਕਿੱਧਰ ਨਿਕਲ ਗਿਆ। ਤੂੰ ਮੇਰੇ ਨਾਲ ਵਿਆਹ 'ਤੇ ਚੱਲ, ਨਾਲੇ ਤੇਰਾ ਮੂਡ ਠੀਕ ਹੋ ਜਾਊਗਾ। ਮੇਰਾ ਮਨ ਨਹੀਂ ਕਰ ਰਿਹਾ। ਉਹ ਚੱਲ ਯਾਰ, ਭਤੀਜੇ ਦਾ ਵਿਆਹ, ਮੌਜ ਕਰਾਂਗੇ। ਉਹ ਚੱਲ ਚੱਲ ਯਾਰ, ਚੱਲ ਚੱਲ ਪਾਉਣੇ ਆ ਗਾਹ ਜਾ ਕੇ। ਗੁੱਡੀ ਤੇਰਾ ਪਾਪਾ।
ਪਿਆਰ ਕੀਤਾ ਮੇਰੇ ਮਗਰੋਂ ਕੀ ਹੋ ਗਿਆ ਬਗਾਨੀ ਬਣ ਕੇ ਰਹੀ ਨੇ ਕਿਹਾ ਬੇਗਾਨਾ ਧਨ ਹੈ ਇੱਥੇ ਆ ਕੇ ਵੀ ਬਗਾਨੀ ਕਹਿਤਾ ਮੈਂ ਤਾਂ ਸਾਰੀ ਜ਼ਿੰਦਗੀ ਬਗਾਨੀ ਦੀ ਬਗਾਨੀ ਰਹੀ ਕਿਆ ਕੀਤਾ ਨਸ਼ੇੜੀ ਦੇ ਨਾਲ ਲਾਤਾ ਕਿਸੇ ਨੂੰ ਦੁੱਖ ਵੀ ਨਹੀਂ ਬੋਲ ਕੇ ਸੁਣਾਇਆ ਜ਼ਿੰਦਗੀ ਰੁਲੀ ਮੇਰੀ ਰੁਲੀ ਮੇਰੀ ਧੀ ਦੀ ਰੁਲੀ ਸੋਣ ਵਾਲੇ ਦਾ ਮੈਂ ਕੀ ਕਰਾਂ ਆ ਕੀ ਪਾਣਾ ਵਰਤ ਗਿਆ ਉਹ ਗੁਰਮਨ ਰੋਕ ਵੇਖ ਗਿਆ ਓਏ ਹੋਏ ਹੋਏ ਕੀ ਹੋਇਆ ਓਏ ਆ ਕੀ ਹੋ ਗਿਆ ਉਹ ਕਿਹਦਾ ਮੁੰਡਾ ਇਹ ਓਹੋ ਆ ਵੇਖੋ ਪਿੰਡ ਵਾਲਿਓ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ ਗਿਆ ਤੇ ਹੋਰ ਪਤਾ ਨਹੀਂ ਕਿੰਨੇ ਕੁ ਚੜ੍ਹਨੇ ਆ ਆਓ ਸਾਰੇ ਇਸ ਨੌਜਵਾਨ ਦਾ ਸਾਥ ਦਈਏ ਤੇ ਨਸ਼ਾ ਮੁਕਤ ਪੰਜਾਬ ਬਣਾਈਏ ਹਾਏ ਮੇਰਾ ਸਰੀਰ ਟੁੱਟ ਰਿਹਾ ਯਾਰ ਮੈਂ ਮਰ ਗਿਆ ਕੁਛ ਤਾਂ ਦੇ ਦਿਓ ਛੱਡ ਦਿਓ ਮੈਨੂੰ ਕੀ ਸ਼ੋਰ ਮਚਾਇਆ ਡਾਕਟਰ ਮੈਂ ਘਰੇ ਜਾਣਾ ਨਹੀਂ ਤਾਂ ਮੈਂ ਡਾਕਟਰ ਮੇਰੀ ਭਾਸ਼ਾ ਡਾਕਟਰਾ ਛੱਡ ਦੇ ਕੀ ਗੱਲ ਹੈ ਦੇਖ ਰੋਹਿਤ ਕੁਝ ਮਹੀਨਿਆਂ ਦੀ ਗੱਲ ਹੈ ਸਭ ਕੁਛ ਠੀਕ ਹੋ ਜਾਏਗਾ ਕੋਆਪਰੇਟ ਕਰ ਰੋਹਿਤ ਕਿਸੇ ਨੇ ਕੁਛ ਕਿਹਾ ਤੈਨੂੰ ਕਿਸੇ ਨੇ ਕੁਛ ਕਿਹਾ ਨਹੀਂ ਮੈਂ ਇੱਥੇ ਨਹੀਂ ਰਹਿਣਾ ਮੈਂ ਇੱਥੇ ਨਹੀਂ ਰਹਿਣਾ ਗੱਲ ਸੁਣ ਲਾ ਡਾਕਟਰਾ ਸਾਡਾ ਇੱਥੇ ਕੋਈ ਜੀ ਨਹੀਂ ਲੱਗਦਾ ਜੇਲ ਆਏ ਜੇਲ ਆਪਾਂ ਤਾਂ ਨਹੀਂ ਰਹਿੰਦਾ ਇੱਥੇ ਕਮੀ ਕਿਸ ਚੀਜ਼ ਦੀ ਆ ਘਰ ਦੀ ਕਮੀ ਆ ਬੱਚਿਆਂ ਕੋਲ ਜਾਣਾ ਚਾਹੁੰਦੇ ਆ ਓਏ ਆਰਾਮ ਨਾਲ ਬਹਿ ਜਾ ਡੱਡੂਆਂ ਵਾਂਗ ਟਪੂਸੀਆਂ ਮਾਰਦਾ ਫਿਰਦਾ ਤੈਨੂੰ ਜੇਲ ਲੱਗਦੀ ਹੈ ਬੜੇ ਟੈਟੂ ਬਣਵਾਣੇ ਆਉਂਦੇ ਨੇ ਇਹ ਕੀ ਆ ਮਾਵਾਂ ਠੰਡੀਆਂ ਛਾਵਾਂ ਕਦੀ ਸ਼ਾਮ ਮਾਣੀ ਵੀ ਆ ਮਾਂ ਦੀ ਮਾਂ ਕੀ ਹੁੰਦੀ ਆ ਤੂੰ ਤਾਂ ਆਪਣੀ ਭੈਣ ਦਾ ਦਾਜ ਤੱਕ ਨਹੀਂ ਛੱਡਿਆ ਉਹਦੇ ਵਿਆਹ ਵਾਲੇ ਦਿਨ ਗਹਿਣੇ ਤੱਕ ਚੋਰੀ ਕਰਕੇ ਖੋ ਗਿਆ ਇਡੀਅਟ ਤੇ ਤੁਸੀਂ ਕੀ ਗੱਲ ਕਰਦੇ ਹੋ ਛਿੰਦਾ ਜੀ ਹੈ ਘਰ ਜਾਣ ਦੀ ਕਿਹੜੇ ਘਰੇ ਬੱਚੇ ਬਰਾਬਰ ਹੋਣ ਤੇ ਆਏ ਨੇ ਕੀ ਸੁੱਖ ਦਿੱਤਾ ਉਹਨਾਂ ਨੂੰ ਘਰ ਜਾਣਾ ਧੀਏ ਤੂੰ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਆਪਣੇ ਘਰਦਿਆਂ ਨੂੰ ਅੱਜ ਤੱਕ ਕੋਈ ਸੁੱਖ ਨਹੀਂ ਦਿੱਤਾ ਤੇ ਹੁਣ ਮੈਂ ਆਪਦੇ ਪੁੱਤ ਪੋਤਰਿਆਂ ਦੇ ਵਿੱਚ ਵਧੀਆ ਜ਼ਿੰਦਗੀ ਜਿਊਂਗਾ ਜਿਉਂਦੀ ਰਹਿ ਧੀਏ ਦੇਖ ਰੋਹਿਤ ਇਹ ਜ਼ਿੰਦਗੀ ਤੈਨੂੰ ਕਦੇ ਵੀ ਦੁਬਾਰਾ ਨਹੀਂ ਮਿਲਣੀ ਸਾਡੇ ਭਗਤ ਸਿੰਘ ਜੀ ਹੋਏ ਉਹਨਾਂ ਨੇ ਸਾਡੇ ਦੇਸ਼ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਕਿੰਨੇ ਜਵਾਨ ਸੀ ਉਹ ਤੇ ਤੁਸੀਂ ਕੀ ਕਰਦੇ ਪਏ ਰੋਲਦੇ ਪਏ ਤੁਸੀਂ ਆਉਣ ਵਾਲਾ ਭਵਿੱਖ ਹੋ ਆਉਣ ਵਾਲੀ ਪੀੜ੍ਹੀ ਤੇ ਉਹਦੇ ਵਾਰਸ ਹੋ ਤੁਸੀਂ ਤੁਹਾਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ ਰੋਹਿਤ
ਕੋਪਰੇਟ ਕਰ। ਕੁਝ ਕੁ ਮਹੀਨਿਆਂ ਦੀ ਗੱਲ ਹੈ, ਸਭ ਕੁਝ ਸਹੀ ਹੋ ਜੂ। ਜੇ ਤੂੰ ਕਹਿੰਦਾ ਤਾਂ ਭੇਜ ਦਿੰਦੇ ਹਾਂ ਘਰੇ, ਘਰਦਿਆਂ ਨੂੰ ਤੰਗ ਹੀ ਕਰਨਾ। ਭੇਜ ਦਿਓ। ਓਕੇ ਮੈਮ। ਨਹੀਂ ਡਾਕਟਰ, ਨਹੀਂ, ਮੈਂ ਕਿਤੇ ਨਹੀਂ ਜਾਣਾ। ਮੈਂ ਹੁਣ ਇੱਥੋਂ ਕੁਛ ਬਣ ਕੇ ਬਾਹਰ ਨਿਕਲੂੰਗਾ। ਮੈਨੂੰ ਮਾਫ਼ ਕਰ ਦੇ ਡਾਕਟਰ, ਮੈਨੂੰ ਮਾਫ਼ ਕਰ ਦੇ। ਜੇ ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤਾਂ ਠੀਕ ਹੈ, ਪਰ ਮੇਰਾ ਸਾਥ ਜ਼ਰੂਰ ਦੇਈਂ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਪੁੱਤਰ ਜੀ, ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਆਓ ਜੀ, ਆਜੋ 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 ਆਜੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰੇ ਪਿੰਡ ਵਾਸੀਓ, ਆਪਣੇ ਨਾਲ ਦੇ ਪਿੰਡੋਂ ਸਰਪੰਚ ਸਾਹਿਬ ਆਏ ਨੇ ਔਰ ਨਾਲ ਇਹ ਨੌਜਵਾਨ ਮੁੰਡਾ ਵੀ ਆਇਆ, ਜਿਨ੍ਹਾਂ ਨੇ ਨਸ਼ੇ ਨੂੰ ਖਤਮ ਕਰਨ ਵਾਸਤੇ ਮੁਹਿੰਮ ਚਲਾਈ ਆ। ਇਹਨਾਂ ਦਾ ਆਪਾਂ ਡਟ ਕੇ ਸਾਥ ਦੇਣਾ, ਬਾਕੀ ਹੁਣ ਤੁਹਾਨੂੰ ਇਹ ਦੱਸ ਦੇਣੀ। ਸਭ ਤੋਂ ਪਹਿਲਾਂ ਜੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਮਿਸ਼ਨ ਨਾਕਆਊਟ ਨੂੰ ਅੱਗੇ ਵਧਾਉਣ ਵਾਸਤੇ ਆਪਣੇ ਕਦਮ ਅੱਗੇ ਵਧਾਏ ਨੇ। ਅਸੀਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਾਂਗੇ ਮਿਸ਼ਨ ਨਾਕਆਊਟ ਦੇ ਜ਼ਰੀਏ। ਮੈਨੂੰ ਇਸ ਕੁੜੀ ਦੀਆਂ ਅੱਖਾਂ 'ਚ ਦੇਖ ਕੇ ਇੱਦਾਂ ਲੱਗਦਾ ਕਿ ਇਹ ਕੁਝ ਕਹਿਣਾ ਚਾਹੁੰਦੀ ਹੈ। ਸੱਚੀ ਅਸੀਂ ਇਸ ਘੜੀ ਤੋਂ ਬਹੁਤ ਦੁਖੀ ਹਾਂ। ਜੋ ਸਾਡੇ ਆਲੇ ਦੁਆਲੇ ਨਸ਼ਾ ਚੱਲ ਰਿਹਾ, ਤੁਸੀਂ ਜੋ ਮੁਹਿੰਮ ਚਲਾਇਆ, ਅਸੀਂ ਇਹਦੇ ਵਿੱਚ ਤੁਹਾਡੇ ਨਾਲ ਹਾਂ। ਇਸੇ ਕਰਕੇ ਤਾਂ ਭੈਣ ਮੇਰੀ ਅਸੀਂ ਇੱਥੇ ਆਏ ਹਾਂ। ਹੁਣ ਸਾਰੇ ਜਣੇ ਬੈਠ ਕੇ ਇਸ ਨੌਜਵਾਨ ਦੇ ਵਿਚਾਰ ਸੁਣੋ। ਜੋ ਨਸ਼ਿਆਂ ਦੀ ਜੜ੍ਹ ਨੂੰ ਖਤਮ ਕਰਨ ਵਾਸਤੇ ਅਸੀਂ ਪ੍ਰੋਗਰਾਮ ਬਣਾਇਆ, ਉਹ ਸਾਡਾ ਨੌਜਵਾਨ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੂਗਾ ਕਿ ਕਿਸ ਤਰ੍ਹਾਂ ਇਸ ਨੂੰ ਨੱਥ ਪਾਉਣੀ ਹੈ। ਅੱਜ ਤੋਂ ਅਸੀਂ 10-10 ਬੰਦਿਆਂ ਦੀ ਟੋਲੀ ਬਣਾ ਕੇ ਪਿੰਡ ਦੇ ਵਿੱਚ ਸਖ਼ਤ ਤੋਂ ਸਖ਼ਤ ਪਹਿਰਾ ਲਵਾਵਾਂਗੇ, ਔਰ ਪਹਿਰਾ ਰਾਤ ਨੂੰ ਵੀ ਲੱਗੂਗਾ ਅਤੇ ਦਿਨੇ ਵੀ। ਜੇ ਕੋਈ ਬਾਹਰ ਦਾ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਊ। ਵੈਸੇ ਵੀ ਅਸੀਂ ਵੱਖ ਵੱਖ ਪਿੰਡਾਂ ਦੇ ਵਿੱਚ ਨਸ਼ਾ ਛੁਡਾਊ ਕਮੇਟੀਆਂ ਬਣਾ ਰਹੇ, ਔਰ ਜਿਸ ਕਿਸੇ ਨੂੰ ਵੀ ਨੌਜਵਾਨ ਨੂੰ ਨਸ਼ੇ ਦੀ ਲੱਤ ਲੱਗੀ ਹੋਈ ਹੈ ਉਹ ਨਸ਼ਾ ਛੱਡ ਨਹੀਂ ਸਕਦਾ ਤਾਂ ਸਾਡੇ ਨਾਲ ਸੰਪਰਕ ਕਰੇ। ਉਹਦੀ ਪੂਰੀ ਮਦਦ ਕਰਾਂਗੇ ਨਸ਼ਾ ਛੁਡਾਉਣ ਦੇ ਵਿੱਚ, ਔਰ ਇੱਕ ਪੈਸਾ ਨਹੀਂ ਉਹਦਾ ਲੱਗਣ ਦੇਵਾਂਗੇ। ਨਸ਼ਾ ਵੇਚਣ ਵਾਲਿਆਂ ਨੂੰ ਮੇਰਾ ਖੁੱਲ੍ਹਾ ਚੈਲੰਜ ਹੈ ਕਿ ਬਾਜ ਆ ਜਾਓ, ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰਤਾ, ਉਹਨਾਂ ਦਾ ਹਸ਼ਰ ਬਹੁਤ ਬੁਰਾ ਹੋਊਗਾ। ਯਾਦ ਰੱਖਣਾ, ਅਸੀਂ ਆਪਣੇ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਨਸ਼ੇ ਦੀ ਇਸ ਜੜ੍ਹ ਨੂੰ ਖਤਮ ਕਰਕੇ ਹਟਾਂਗੇ, ਔਰ ਅਸੀਂ ਆਪਣੇ ਜਿਹੜੇ ਇਸ ਮਿਸ਼ਨ ਨੌਕਆਊਟ ਨੂੰ ਲੈ ਕੇ ਚੱਲੇ ਹਾਂ ਉਸ ਨੌਕਆਊਟ ਨੂੰ ਕਾਮਯਾਬ ਕਰਾਂਗੇ। ਇਹਦੇ ਵਿੱਚ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ, ਮੈਨੂੰ ਪਤਾ ਤੁਸੀਂ ਮੇਰੇ ਨਾਲ ਹੋ। ਮਿਸ਼ਨ ਨੌਕਆਊਟ ਜ਼ਿੰਦਾਬਾਦ। ਮਿਸ਼ਨ ਨੌਕਆਊਟ ਜ਼ਿੰਦਾਬਾਦ। ਮਿਸ਼ਨ ਨੌਕਆਊਟ ਜ਼ਿੰਦਾਬਾਦ। ਮੈਂ ਤੇ ਮੇਰੇ ਪਿੰਡ ਵੱਲੋਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਣੇ ਆ, ਅਸੀਂ ਜੀ ਬਿਲਕੁਲ ਇਹਨਾਂ ਦੇ ਨਾਲ ਹਾਂ। ਹਰ ਟਾਈਮ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਰਵਾਂਗੇ ਤੇ ਸਾਥ ਦੇਵਾਂਗੇ। ਔਰ ਆਈ ਸਾਰੀ ਸੰਗਤ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਾਓ ਸਰਪੰਚ ਸਾਹਿਬ ਜੀ, ਚਾਲ ਪਾਣੀ ਛਕੀਏ ਆਪਾਂ। ਚਲੋ ਜੀ, ਚਲੋ। ਜੈ ਹਿੰਦ ਜਨਾਬ। ਓਏ ਆਹਾ ਬੀਬੀਆਂ ਫੜੀਆਂ ਨੇ ਤੁਸੀਂ? ਬੜੀ ਮੁਸ਼ਕਲ ਨਾਲ ਫੜੀਆਂ ਜੀ, ਬਾਲੀਆਂ ਢੀੜ ਜਨਾਨੀਆਂ, ਕੁਝ ਨਹੀਂ ਬਕਦੀਆਂ ਪਈਆਂ।
ਉਹ ਮੈਂ ਤਾਂ ਵੱਡੇ ਵੱਡੇ ਬੋਲਣ ਲਾਤੇ, ਇਹ ਖਰਾ ਕਿੱਦਾਂ ਨਹੀਂ ਬੋਲਦੀਆਂ। ਮੈਂ ਤਾਂ ਲਾ ਦੂੰ ਤੋਤੇ ਵਾਂਗੂ ਟਰ ਟਰ ਕਰਨ। ਤੁਸੀਂ ਠੀਕ ਕਿਹਾ ਜੀ, ਆ ਜਾਓ। ਧੰਨ ਕੌਰ ਨਾਮ ਹੈ ਮੇਰਾ, ਧੰਨ ਕੌਰ ਨਾਮ ਮੇਰਾ, ਇਉਂ ਹੀ ਨਹੀਂ ਪਿਆ ਹੁਣ। ਮੈਂ ਤਾਂ ਗੂੰਗੇ ਵੀ ਬੋਲਣ ਲਾ ਦਿੰਨੀ ਆ। ਹਾਲੇ ਵੀ ਦੱਸ ਦੇ, ਮਾਫ ਕਰ ਦੇਣਗੇ ਤੈਨੂੰ? ਨਹੀਂ, ਇਹਨੇ ਐ ਨਹੀਂ ਮੰਨਣਾ। ਖੜਿਓ ਖੜਿਓ। ਹਾਂ ਦੱਸ, ਸਿੱਧੀ ਤਰ੍ਹਾਂ ਬੋਲੇਗੀ ਕਿ ਧੰਨ ਕੌਰ ਆਪਣਾ? ਮੈਡਮ ਜੀ, ਮੈਨੂੰ ਸੱਚੀ ਨਹੀਂ ਪਤਾ। ਆਰਾਮ ਖੋਲ। ਹਜੇ ਵੀ ਦੱਸ ਦੇ, ਨਰਮੀ ਵਰਤੀ ਜਾ ਸਕਦੀ ਹੈ? ਨਹੀਂ ਜੀ, ਨਹੀਂ ਨਹੀਂ, ਮੈਨੂੰ ਕੁਛ ਨਹੀਂ ਪਤਾ। ਸਿੱਧੀ ਤਰ੍ਹਾਂ ਬਕੇਗੀ ਕਿ ਮੈਂ ਬੁਲਾਵਾਂ? ਨਹੀਂ ਨਹੀਂ ਜੀ, ਮੈਨੂੰ ਨਹੀਂ ਪਤਾ ਕੁਛ। ਬੋਲ ਉਹਨੂੰ, ਅਰੇ ਸੂਟਾ ਵੀ ਨਾ ਪਤਾ। ਇੱਧਰ ਆ, ਤੇਰਾ ਮੈਂ ਨਸ਼ਾ ਵਕਾਵਾਂ। ਓ ਜੀ ਬੋਲ, ਲਾ ਨੂੰ ਮੂੰਹ ਤੋਂ। ਓ ਜੀ ਚੱਲ, ਕੇ ਹੋ ਲੈ ਕੇ ਚੱਲ ਸਾਨੂੰ ਉੱਥੇ। ਭਾਬੀ ਕਾ ਗੀਰਾ, ਤੁਰਦੀ ਆ ਕਿ ਨਹੀਂ ਤੁਰਦੀ ਤੂੰ? ਹਾਂ ਬਈ, ਉਹ ਬੀਬੀ ਪਾਥੀਆਂ ਕਿੱਦਾਂ ਲਾਈਆਂ? ਸਭ ਤੋਂ ਵੱਡੀ ਗ੍ਰਾਮੀ ਦੀ ਕੱਢ ਦੇ ਪਾਥੀ। ਜਾਨੀ ਕਿੱਥੇ ਆ? ਇੱਧਰ ਆ, ਵੱਡੀ ਬਣੀ ਫਿਰਦੀ ਰੇਸਰ ਲਾਉਂਦੀ ਧੰਨ ਕਰਨਾ ਰੇਸਾਂ। ਆਓ ਜੀ ਆਓ ਜੀ, ਆਓ ਗੇ ਸਾਹਿਬ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਆਓ ਜੀ ਆਓ ਆਓ, ਬੈਠੋ ਜੀ। ਪਾਣੀ ਲਿਆ ਗਿੱਲ ਸਾਹਿਬ ਵਾਸਤੇ। ਐਮਐਲਏ ਸਾਹਿਬ, ਲੱਗਦਾ ਰਾਤ ਦੀ ਉਤਰੀ ਨਹੀਂ। ਉਹ ਗਿੱਲ ਸਾਹਿਬ, ਮਾੜਾ ਮੋਟਾ ਅਸਰ ਤਾਂ ਰਹਿ ਹੀ ਜਾਂਦਾ ਨਾ। ਗਿੱਲ ਸਾਹਿਬ, ਇਹ ਗੁਰਮਨ ਕੌਣ ਹੈ? ਗੁਰਮਨ, ਇਹਨੇ ਸਾਲੇ ਨੇ ਨੱਕ 'ਚ ਦਮ ਕੀਤਾ ਹੋਇਆ। ਇੱਕ ਗੱਲ ਦੱਸੋ, ਰਾਜ ਭਾਅ ਜੀ ਨੇ ਇਹਦਾ ਕੀ ਰਿਲੇਸ਼ਨ ਸੀ? ਐਮਐਲਏ ਸਾਹਿਬ, ਊਂ ਤਾਂ ਅਕਾਲੀ ਦਾ ਪ੍ਰਧਾਨ ਹੈ। ਆਪਣੇ ਰਾਜ ਭਾਅ ਜੀ ਦਾ ਉਹ ਨਿੱਕਾ ਮੋਟਾ ਕੰਮ ਕਰਵਾ ਲੈਂਦੇ ਸੀ ਆਪਣਾ। ਕਾਲਜ ਦੀ ਪ੍ਰਧਾਨਗੀ ਦੇ ਨਾਲ ਨਾਲ ਅੱਜ ਕੱਲ੍ਹ ਉਹ ਨਸ਼ੇ ਛਡਾਉਣ ਦੀ ਵੀ ਪ੍ਰਧਾਨਗੀ ਕਰਦਾ। ਛੱਡੋ ਜੀ, ਤੁਸੀਂ ਕੀ ਲੈਣਾ ਇਹਨਾਂ ਕੰਮਾਂ ਤੋਂ? ਹੈਂ, ਤੁਸੀਂ ਆਪਣੇ ਕੰਮ ਵੱਲ ਧਿਆਨ ਦਿਓ। ਇਲੈਕਸ਼ਨ ਸਿਰ 'ਤੇ ਨੇ, ਵੋਟਾਂ ਵੀ ਪਵਾਉਣੀਆਂ ਨੇ। ਨਹੀਂ ਗਿੱਲ ਸਾਹਿਬ, ਜੋ ਬੰਦੇ ਆਪਣੇ ਨਾਲ ਕੰਮ ਕਰਦੇ ਆ ਉਹਨਾਂ ਦੀ ਕੁੰਡਲੀ ਰੱਖਣੀ ਜ਼ਰੂਰੀ ਹੈ। ਦੇਖੋ ਬਾਈ, ਜਦੋਂ ਦਾ ਇਹਦੇ ਭਰਾ ਦਾ ਕਤਲ ਹੋਇਆ ਉਦੋਂ ਦਾ ਹੀ ਇਹਦਾ ਦਿਮਾਗ ਹਿੱਲ ਗਿਆ, ਮੈਂਟਲ ਹੋ ਗਿਆ। ਮੈਂਟਲ ਕਤਲ? ਉਹ ਕਿਵੇਂ? ਕੀ ਤਾਂ ਡਾਕਟਰ, ਨਾਲ ਨਾਲ ਨਸ਼ਾ ਛਡਾਉਣ ਦਾ ਸੈਂਟਰ ਖੋਲ੍ਹ ਲਿਆ ਸੀ। ਹੋਇਆ ਵਿਚਾਰੇ ਨਾਲ ਬੁਰਾ ਜੀ, ਕਿਸੇ ਨੇ ਜ਼ਬਰਦਸਤੀ ਨਸ਼ਾ ਖਵਾ ਕੇ ਮਾਰਤਾ ਉਹਨੂੰ। ਬਾਈ ਸਿਆਂ, ਉਦਾਂ ਆਪਾਂ ਕੀ ਕਹਿ ਸਕਦੇ ਹਾਂ, ਤਾਂ ਰੱਬ ਹੀ ਜਾਣਦਾ। ਗਿੱਲ ਸਾਹਿਬ, ਆਪਣੇ ਕੰਮ 'ਤੇ ਵੀ ਅਸਰ ਪੈ ਰਿਹਾ, ਇਹਦਾ ਹੱਲ ਕੋਈ ਕੱਢਣਾ ਪੈਣਾ। ਕੱਢਾਂਗੇ ਕੱਢਾਂਗੇ, ਜ਼ਰੂਰ ਕੱਢਾਂਗੇ। ਅਤੇ ਕੱਢੋ ਫਿਰ। ਮੈਂ
ਮੈਂ ਨਹੀਂ ਚਲਾਂਗਾ। ਲੈ ਗੁਰਮਨ ਵੀ ਆ ਗਿਆ। ਰਾਣਿਆ ਬੰਦ ਹੁਣ ਇਹਨੂੰ ਲੈ ਆ ਗਿਆ ਵੱਡਾ ਪ੍ਰਧਾਨ। ਹੋਰ ਗੁਰਮਨ ਕਿੱਦਾਂ, ਕੀ ਹਾਲ ਹੈ? ਬਸ ਵਧੀਆ। ਹੋਰ ਬਾਈ? ਵਧੀਆ ਵੀਰੇ। ਹੋਰ ਕੀ ਚੱਲ ਰਿਹਾ? ਬਸ ਚੜਾਈਆਂ। ਆਪਣਾ ਮਿਸ਼ਨ ਨੋਕਆਊਟ ਇੱਕਦਮ ਹਿੱਟ ਜਾ ਰਿਹਾ। ਪਤਾ ਪੁਲਿਸ ਵੀ ਜਗ੍ਹਾ ਜਗ੍ਹਾ ਛਾਪੇ ਮਾਰ ਰਹੀ ਹੈ, ਐਨ ਵਧੀਆ ਡਿਊਟੀ ਕਰ ਰਹੀ ਹੈ। ਬਹੁਤ ਵਧੀਆ, ਫਿਰ ਤਾਂ ਚੰਗੀ ਗੱਲ ਹੈ। ਸਵਾਦ ਆ ਗਿਆ ਜਿਹੜਾ ਕੰਮ ਕੀਤਾ ਸਾਰਿਆਂ ਨੇ, ਬਹੁਤ ਵਧੀਆ ਆ। ਆਹ ਤਾਂ ਸਾਰੀਆਂ ਗੱਲਾਂ ਠੀਕ ਨੇ ਯਾਰ, ਪਰ ਆਹ ਰਾਣੀ ਹੁਣ ਬੰਦੇ ਨਹੀਂ ਬਣ ਸਕਦੇ। ਇੱਕ ਤਾਂ ਇਹ ਪ੍ਰਧਾਨ ਨੇ ਸਾਡਾ ਜੀਣਾ ਹਰਾਮ ਕਰ ਛੱਡਿਆ। ਚੱਲ ਆਓ ਯਾਰ ਕਲਾਸ ਲਾਈਏ। ਚੱਲ ਡਰ ਕੇ ਕੰਮ ਨਹੀਂ ਚੱਲਦੇ ਪਤੰਦਰੋ, ਆ ਖੜਾ ਇਹਦਾ ਪਿਓ, ਜੋ ਕਰਨਾ ਕਰ ਲਵੇ। ਜਾ ਵੇ ਨਾਣੇ, ਆ ਪ੍ਰਧਾਨ ਨੂੰ ਵੇਖ ਕੇ ਤਾਂ ਤੇਰਾ ਮੂਤ ਨਿਕਲ ਜਾਂਦਾ। ਮੂਤ ਤੇ ਹੁਣ ਉਹਦਾ ਕੱਢਾਂਗੇ, ਵੇਖੀ ਕਿਵੇਂ ਘੜੀਸੀਆਂ ਕਰਾਉਂਦੇ ਵੱਡੇ ਪ੍ਰਧਾਨ ਦੀਆਂ। ਵੇ ਮੈਨੂੰ ਵੀ ਲੈ ਜਾਓ ਕਿਤੇ, ਮੂਤ ਮੇਰਾ ਨਾ ਕਢਾ ਦੇ। ਓਏ ਬੰਦਾ ਬਣ ਜਾ ਓਏ। ਰੰਗ ਉੱਡੇ ਉੱਡੇ ਲੱਗਦੇ ਆ ਪ੍ਰਧਾਨ ਜੀ। ਕੀ ਗੱਲ, ਮਿਰਜੇ ਨੂੰ ਸਾਹਿਬਾ ਨਹੀਂ ਮਿਲੀ? ਚੱਲ ਯਾਰ। ਰਾਜ ਕਿੱਥੇ ਚਲਿਆ ਗਿਆ ਸ਼ੇਰਾ? ਚਿੱਤ ਨਹੀਂ ਲੱਗਦਾ ਤੇਰੇ ਬਿਨਾ ਪੁੱਤ, ਜਾਂ ਤਾਂ ਸਾਹਮਣੇ ਆ ਜਾ ਜਾਂ ਮੌਤ ਦੀ ਹੀ ਖਬਰ ਭੇਜ ਦੇ। ਸਮਝ ਨਹੀਂ ਆਉਂਦੀ ਤੈਨੂੰ ਜ਼ਮੀਨ ਖਾ ਗਈ ਕਿ ਅਸਮਾਨ। ਬਸ ਬਸ ਤੇਰੀਆਂ ਯਾਦਾਂ ਨਾਲ ਲੈ ਕੇ ਵਾਪਸ ਜਾ ਰਿਹਾ, ਬਹੁਤ ਪਿਆਰ ਕਰਦਾ ਤੈਨੂੰ। ਦੇਖੋ ਬਈ, ਕੱਲ੍ਹ ਇੱਕ ਬਹੁਤ ਜ਼ਰੂਰੀ ਕੰਸਾਈਨਮੈਂਟ ਆ ਰਹੀ ਹੈ ਅਤੇ ਮੈਂ ਫੈਸਲਾ ਕੀਤਾ ਮੈਂ ਖੁਦ ਲੈਣ ਜਾਵਾਂਗਾ। ਭਾਅ ਜੀ ਤੁਹਾਨੂੰ ਤਾਂ ਪਤਾ ਹੀ ਆ ਹਾਲਾਤਾਂ ਦਾ, ਮੈਨੂੰ ਨਹੀਂ ਲੱਗਦਾ ਤੁਹਾਡਾ ਜਾਣਾ ਠੀਕ ਰਹੂਗਾ ਭਾਅ ਜੀ। ਓਏ ਮਾਰ ਗੋਲੀ ਹਾਲਾਤਾਂ ਦੇ, ਤੇਰਾ ਕੀ ਮਤਲਬ? ਅਸੀਂ ਹਾਲਾਤਾਂ ਦੇ ਰੰਡੀ ਰੋਣੇ ਰੋਂਦੇ ਰਹੀਏ ਤੇ ਘਰੇ ਚੂੜੀਆਂ ਪਾ ਕੇ ਬਹਿ ਜਾਈਏ? ਓਏ ਇਹ ਦੋ ਦਿਨ ਦਾ ਚਾਹ ਹੈ, ਬਾਅਦ 'ਚ ਸਭ ਠੰਡੇ ਹੋ ਕੇ ਬਹਿ ਜਾਣਗੇ। ਸਾਲਿਆਂ ਨੂੰ ਕਰ ਲੈਣ ਦੇ ਰਾਂਝਾ ਰਾਜੀ, ਨਾਲੇ ਬੱਲੀਏ ਨਸ਼ੇ ਦੀ ਲੱਤ ਹੈ, ਐਂ ਛੱਡਿਆ ਨਹੀਂ ਛੁੱਟਦੀ। ਭਾਅ ਜੀ ਅਸੀਂ ਤੁਹਾਨੂੰ ਰਿਸਕ ਨਹੀਂ ਲੈਣ ਦੇ ਸਕਦੇ, ਇਹ ਕੰਮ ਤੁਸੀਂ ਸਾਡੇ 'ਤੇ ਛੱਡ ਦਿਓ, ਤੁਹਾਨੂੰ ਇਹ 'ਚ ਖਤਰਾ ਹੋ ਸਕਦਾ। ਖਤਰਾ? ਉਹ ਮਰ ਗਏ ਮਾਰਨ ਵਾਲੇ, ਰੋਸ਼ਨ ਕਸ਼ਮੀਰੀ ਨਾ ਹੈ ਮੇਰਾ, ਪੂਰੇ 20 ਸਾਲ ਰਾਜ ਭਾਅ ਜੀ ਦੇ ਨਾਲ ਰਿਹਾ, ਉਹ ਮੈਂ ਤਾਂ ਮੌਤ ਨੂੰ ਵੀ ਮਾਰ ਕੇ ਵਾਪਸ ਆ ਜਾ, ਉਹ ਬੁਲਾਏ ਕਸ਼ਮੀਰੀ। ਉਹ ਗਿੱਲ ਸਾਹਿਬ ਤੁਸੀਂ ਕਿਵੇਂ ਚੁੱਪ ਜੇ ਬੈਠੇ ਹੋ? ਇਹ ਸਾਰੇ ਜੋ ਕਹਿ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਨੇ। ਜੀ ਜੀ ਜੀ, ਲਓ ਜੀ ਲਓ। ਅਸੀਂ ਸਾਰੇ ਜਾਣਦੇ ਹਾਂ ਵੀ ਤੁਸੀਂ ਬਹੁਤ ਦਿਲਦਾਰ ਬੰਦੇ ਹੋ, ਇੱਕ ਤਾਂ ਆਪਣੇ ਸੁਖਰਾਜ ਭਾਅ ਜੀ ਇੱਥੇ ਹੈ ਨਹੀਂ, ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਥੋੜ੍ਹੀ ਜਿਹੀ ਹੋਰ ਵੱਧ ਜਾਂਦੀ ਹੈ। ਸਿਆਣਪ ਤੋਂ ਕਮਲੋ। ਬੱਲੀ ਗਿੱਲ ਸਭ ਸਹੀ ਕਹਿੰਦੇ ਨੇ, ਚਲੋ ਮੈਂ ਇਹ ਜ਼ਿੰਮੇਵਾਰੀ ਤੁਹਾਨੂੰ ਦਿੰਦਾ। ਲਓ ਗੱਲ ਨਹੀਂ ਕੋਈ, ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ, ਸੇਵਾ ਕਰਨੀ ਵੀ ਜਾਣਦਾ, ਕਰਵਾਉਣੀ ਵੀ ਜਾਣਦਾ, ਸੋ ਮੈਨੂੰ ਮੇਰੇ ਸਕੂਟਰ ਦੀ। ਲਓ ਜੀ ਅੱਜ ਤੋਂ ਬਾਅਦ ਗਿੱਲ ਸਾਹਿਬ ਸੇਵਾ 'ਚ ਕੋਈ ਕਮੀ ਨਹੀਂ ਆਉਣ ਦੇਣੀ। ਇਹ ਤਾਂ ਹੈ ਭਾਜੀ, ਜੇ ਤੁਸੀਂ ਠੀਕ ਸਮਝੋ ਮੈਂ ਗਿੱਲ ਸਾਹਿਬ ਦੇ ਨਾਲ ਚਲਾ ਜਾਵਾਂ। ਓਏ ਨਹੀਂ ਬੱਲੀ, ਗਿੱਲ ਸਾਹਿਬ 'ਤੇ ਸਾਨੂੰ ਬਹੁਤ ਇਤਬਾਰ ਹੈ, ਖਾਸ ਬੰਦੇ ਆ ਆਪਣੇ। ਚੀਅਰਸ। ਇਟਸ ਗੁੱਡ। ਮੇਰੇ ਮਾਲਕ, ਇਹ ਨੌਜਵਾਨੀ ਪਤਾ ਨਹੀਂ ਕਿੱਧਰੋਂ ਜਾ ਰਹੀ, ਰਹਿਮ ਕਰ।
ਕਿਉਂ ਪਾਗਲ ਬਣੇ ਛੱਡ ਦੋ ਮੈਨੂੰ ਤੁਹਾਡੇ ਕਰਕੇ ਤਾਂ ਸਾਰਾ ਕੁਛ ਕਰ ਰਿਹਾ ਆ ਜਾਓ ਨਸ਼ਿਆਂ ਤੋਂ ਬਾਹਰ ਆ ਜਾਓ ਵੱਡੇ ਬਦਮਾਸ਼ ਖੜ ਗਿੱਲ ਸਾਹਿਬ ਚੰਗੇ ਕੰਮ ਕਰਨ ਵਾਲੇ ਨੂੰ ਦੁਨੀਆਂ ਜੀਣ ਨਹੀਂ ਦਿੱਤੀ ਠੀਕ ਹੈ ਪੁੱਤ ਜੇ ਮੈਂ ਨਾ ਆਉਂਦਾ ਕਰਵਾ ਲਿਆ ਸੀ ਕੰਮ ਆਪਣਾ ਤੇਰੀ ਜਾਨ ਬਹੁਤ ਕੀਮਤੀ ਹੈ ਧਿਆਨ ਰੱਖਿਆ ਕਰ ਆਪਣਾ ਜਿਹੜਾ ਮਿਸ਼ਨ ਤੋਂ ਲੈ ਕੇ ਚੱਲਿਆ ਨਾ ਬਹੁਤ ਅੱਛੀ ਗੱਲ ਹੈ ਸ਼ੁਕਰੀਆ ਗਿੱਲ ਸਾਹਿਬ ਮੇਰੀ ਜਾਨ ਬਚਾਉਣ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਰ ਬਾਰ ਕਾਲ ਕਰਕੇ ਮੇਰਾ ਦਿਮਾਗ ਨਾ ਖਰਾਬ ਕਰ ਜਦੋਂ ਕੰਮ ਹੋ ਜਾਏ ਉਦੋਂ ਗੱਲ ਕਰੀ ਕੀ ਗੱਲ ਹੋ ਗਈ ਭਾਜੀ ਗੱਲ ਕੀ ਹੋਣੀ ਹੈ ਉਹ ਗੁਰਮਨ ਫਿਰ ਵੱਜ ਗਿਆ ਸਾਲਾ ਗਿੱਲ ਵਿੱਚ ਆ ਗਿਆ ਨਹੀਂ ਤਾਂ ਕਰਦਾ ਸੀ ਵੱਡੇ ਪ੍ਰਧਾਨ ਦਾ ਕੋਕਾ ਚੇਤਾ ਕੋਈ ਗੱਲ ਨਹੀਂ ਭਾਜੀ ਇੱਕ ਵਾਰ ਬਚ ਗਿਆ ਦੋ ਵਾਰ ਬਚੇਗਾ ਪਰ ਓਪਰੇਸ਼ਨ ਨੌਕਆਊਟ ਤਾਂ ਕਰਕੇ ਹੀ ਛੱਡਾਂਗੇ ਉਸ ਪ੍ਰੈਸੀਡੈਂਟ ਦਾ ਬਾਹਰੋਂ ਸੁਖਰਾਜ ਭਾਜੀ ਦਾ ਹੁਕਮ ਹੈ ਸਾਲੇ ਨੂੰ ਜਾਨੋਂ ਮਾਰਨ ਵਾਸਤੇ ਕਿਹਾ ਕਿਉਂ ਬਈ ਹਾਂਜੀ ਆਓ ਐਸ ਐਚ ਓ ਸਾਹਿਬ ਕਿਵੇਂ ਆਉਣਾ ਹੋਇਆ ਸਵੇਰੇ ਸਵੇਰੇ ਆ ਬਈ ਸੁਖਰਾਜ ਕਿੱਥੇ ਆ ਸਾਰਾ ਸ਼ਹਿਰ ਜਾਣਦਾ ਸੁਖਰਾਜ ਭਾਜੀ ਆਊਟ ਆਫ ਇੰਡੀਆ ਗਏ ਨੇ ਹੋਲੀਡੇ ਤੇ ਤੁਸੀਂ ਨਹੀਂ ਜਾਣਦੇ ਸੁਖਰਾਜ ਦਾ ਹੋਲੀਡੇ ਤਾਂ ਮੈਂ ਮਨਾਵਾਂਗਾ ਤੇ ਡੈਸਟੀਨੇਸ਼ਨ ਹੋਵੇਗੀ ਜੇਲ ਐਸ ਐਚ ਓ ਸਾਹਿਬ ਕਿਉਂ ਦਿਮਾਗ ਦਾ ਦਹੀਂ ਕਰ ਰਹੇ ਹੋ ਜਾਓ ਜਾ ਕੇ ਫੜ ਲਓ ਸਾਨੂੰ ਕਿਉਂ ਪੁੱਛ ਰਹੇ ਹੋ ਹਾਂਜੀ ਸਾਨੂੰ ਲੈ ਕੇ ਜਾਣਾ ਤਾਂ ਲੈ ਚੱਲੋ ਕਿਉਂ ਭਾਜੀ ਤੁਸੀਂ ਹਾਲੇ ਤੱਕ ਕੋਈ ਸਬੂਤ ਤਾਂ ਲਿਆਏ ਨਹੀਂ ਆਪ ਤੇ ਸਾਨੂੰ ਹੋਲੀਡੇ ਦਾ ਕੀ ਲੈ ਕੇ ਜਾਓਗੇ ਉਹ ਲੱਗਦਾ ਤੁਸੀਂ ਪੰਜਾਬ ਪੁਲਿਸ ਦੀ ਅਜੇ ਪਾਵਰ ਨੂੰ ਨਹੀਂ ਜਾਣਦੇ ਧਿਆਨ ਰੱਖੀ ਐਸ ਐਚ ਓ ਕਿਤੇ ਪਾਸਾ ਪੁੱਠਾ ਹੀ ਨਾ ਪੈ ਜਾਏ ਉਹ ਜਾਓ ਐਸ ਐਚ ਓ ਸਾਹਿਬ ਆਪਣਾ ਕੰਮ ਕਰੋ ਤੇ ਸਾਨੂੰ ਸਾਡਾ ਕਰਨ ਦਿਓ ਇੱਕ ਵਾਰੀ ਸਬੂਤ ਮਿਲ ਲੈਂਦੇ ਤੇ ਜਿਸ ਦਿਨ ਮਿਲ ਗਏ ਨਾ ਸੌ ਰੱਬ ਦੀ ਇਕੱਲੇ ਸੁਖਰਾਜ ਦਾ ਨਹੀਂ ਸਾਰੀ ਦੁਨੀਆਂ ਦੇ ਸਾਹਮਣੇ ਪੁੱਤ ਤੇਰਾ ਮੁਰਗਾ ਕਿਵੇਂ ਬਣਾਊਂਗਾ ਘੜੀਸੀਆਂ ਪਵਾਉਂ ਪੁੱਤ ਤੇਰੀਆਂ ਘੜੀਸੀਆਂ ਓਕੇ ਐਸ ਐਚ ਓ ਸਾਹਿਬ ਤੁਸੀਂ ਕਰੋ ਸਬੂਤ ਇਕੱਠੇ ਸਾਨੂੰ ਕੀ ਡਰ ਸੁਖਰਾਜ ਭਾਜੀ ਕੁਛ ਗਲਤ ਕਰਦੇ ਹੀ ਨਹੀਂ ਛੇਤੀ ਮਿਲਾਂਗਾ ਪਰ ਜਦੋਂ ਮਿਲਾਂਗਾ ਨਾ ਪੁੱਤ ਉਹ ਹਾਲ ਕਰਾਂਗਾ ਨਾ ਤੂੰ ਬੈਠਣ ਜੋਗਾ ਰਹੇਗਾ ਨਾ ਧੋਣ ਜੋਗਾ ਯਾਦ ਰੱਖੀ ਓਏ ਜਾ ਓਏ ਮਰ ਗਏ ਮਾਰਨ ਵਾਲੇ ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਬੈਠੋ ਜੀ ਸਤਿ ਸ਼੍ਰੀ ਅਕਾਲ ਜੀ ਇਹ ਮੁੰਡੇ ਨੂੰ ਵੀ ਆਪਾਂ ਬਾਹਰ ਭੇਜਣਾ ਹਾਂਜੀ ਆਹ ਮੁੰਡੇ ਦੇ ਡਾਕੂਮੈਂਟ ਅਤੇ ਆਹ ਲਓ ਜੀ ਐਡਵਾਂਸ ਅਤੇ ਆਹ ਲਓ ਜੀ ਛੇਤੀ ਭੇਜ ਦਿਓ ਜੀ ਪੈਸੇ ਸਮਝ ਲਓ ਜੀ ਤੁਹਾਡੇ ਆ ਗਏ ਹੁਣ ਬਸ ਤੁਹਾਡੇ 'ਤੇ ਹੀ ਆ ਜੀ ਹੁਣ ਤਾਂ ਅਤੇ ਕੰਮ ਵੀ ਹੋ ਜੂ ਕਾਕਾ ਜੀ ਠੀਕ ਹੈ ਜੀ ਧੰਨਵਾਦ ਓਕੇ ਓਕੇ ਜੀ ਓਕੇ ਜੀ ਵਾਹਿਗੁਰੂ ਥੈਂਕ ਯੂ ਹੋ ਜੂਗਾ ਕੰਮ ਸਤਿ ਸ਼੍ਰੀ ਅਕਾਲ ਸ਼ੁਕਰ ਹੈ ਲਕਸ਼ਮੀ ਆ ਗਈ ਓ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਿਆ ਜੀ ਬੇਟਾ ਬੇਟਾ ਕੈਨੇਡਾ ਪਹੁੰਚ ਗਿਆ
ਬਹੁਤ ਬਹੁਤ ਸ਼ੁਕਰੀਆ। ਮਿੱਠਾ ਕਰਾਉਣਾ ਹੈ ਜੀ। ਹਾਂਜੀ ਭਾਜੀ, ਆ ਲਓ ਜੀ। ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ, ਸੇਵਾ ਕਰਨੀ ਵੀ ਜਾਣਦੇ ਹਾਂ, ਕਰਾਉਣੀ ਵੀ ਜਾਣਦੇ ਹਾਂ। ਠੀਕ ਹੈ ਜੀ, ਕਿਰਪਾ ਜੀ। ਯਾਰ ਸਾਰਾ ਕੋਲੇ ਛਾਲ ਮਾਰਿਆ, ਘਰ ਵੀ ਫੋਨ ਕਰ ਲਏ, ਪਰ ਸੀਰਤ ਦਾ ਕੁਝ ਨਹੀਂ ਪਤਾ ਲੱਗ ਰਿਹਾ। ਮੈਨੂੰ ਸ਼ੱਕ ਆ ਕਿਤੇ ਇਹਨਾਂ ਨੇ ਤਾਂ ਨਹੀਂ। ਨਾਟੀ ਹੋ ਗਈ ਹੈ ਤੂੰ। ਰਾਣੀ, ਤੈਨੂੰ ਪਤਾ ਸੀਰਤ ਕਿੱਥੇ ਆ? ਨੋ। ਸੀਰਤ? ਸੀਰਤ ਹੋ ਗਈ, ਸੀਰਤ ਹੋ ਗਈ, ਸੀਰਤ ਤਾਂ ਪੈ ਗਈ ਹੁਣ ਪੱਕੇ ਪੜਨੇ। ਓਏ, ਅੱਜ ਲੈ ਚਲੋ ਇਹਨਾਂ ਨੂੰ ਸਾਰਿਆਂ ਨੂੰ, ਅੱਜ ਕਰੀਏ ਨਾ ਨੌਕਰ ਨਾਲੇ, ਇਹਨਾਂ ਨੂੰ ਨਸ਼ਾ ਕੇਂਦਰ ਦੇ ਵਿੱਚ ਬੰਦ ਕਰੀਏ ਜਾ ਕੇ। ਭੱਜ ਲੈ ਚਾਵਲੇ, ਭੱਜ ਲੈ ਨੀ, ਭੱਜ ਲੈ, ਅੱਜ ਤਾਂ ਸੱਚੀ ਮੂਤ ਕਢਾ ਦੇਣਗੇ। ਓਏ ਛੱਡ ਦੇ ਮੈਨੂੰ, ਓਏ ਛੱਡ ਲੈ, ਭੱਜ ਕੇ ਰੱਖੀ ਰੋ ਫਾੜ ਕੇ ਰੱਖੀ ਰੋ, ਓਏ ਸੰਜਾਇ ਨਾ ਸੰਜਾਇ, ਬੱਚੇ ਬੱਚੇ ਪੰਨੇ ਬੜੇ, ਇਹ ਪੰਨੇ ਨਹੀਂ ਬਣੇ ਮੈਨੂੰ, ਚਲਾ ਰੋ ਨਾ ਤੂੰ, ਮਾਰ ਉਹ ਤਾਂ ਬਸ ਕਰਦਾ, ਚੱਲ ਚੱਲ ਤੂੰ ਐਂ ਬੈਲੈਂਸ ਨੂੰ ਫੋਨ ਕਰ ਫੋਨ, ਤੂੰ ਚੱਲਦਾ ਨਹੀਂ ਕਰਦਾ ਪਿਆ, ਚੱਲ ਤੂੰ ਚੱਲਦਾ ਨਹੀਂ ਕਰਦਾ ਪਿਆ। ਇਸ ਰੰਗਲੇ ਪੰਜਾਬ ਨੂੰ ਮੈਂ ਚਿੱਟੇ ਨਾਲ ਤਬਾਹ ਕਰ ਦੂੰਗਾ। ਭਰੋਏ ਪੇਟੀਆਂ ਚ ਸਾਰਾ ਮਾਲ ਬਚਾ ਦੋ, ਜਾ ਕੇ ਪਿੰਡ ਪਿੰਡ ਤੇ ਸ਼ਹਿਰ ਸ਼ਹਿਰ। ਓ ਬੀਬੀ, ਓ ਤੁਸੀਂ ਵੀ ਭਰੋ, ਜਵਾਨੀ ਰੋਲ ਦਵਾਂਗਾ, ਦੇਖਦੇ ਹਾਂ ਕਾਰੋ ਮੈਂ ਇਸ ਪੰਜਾਬ ਚ ਮੈਂ ਨਸ਼ੇ ਦਾ ਸੈਲਾਬ ਲਿਆ ਦੂੰਗਾ। ਰੋਸ਼ਨ ਕਿਵੇਂ ਆ? ਅੱਜ ਸਵੇਰੇ ਸਵੇਰੇ ਬੁਲਾ ਲਿਆ, ਸੁੱਖ ਤਾਂ ਹੈ? ਗੱਲ ਸਾਹਿਬ ਬੈਠੋ, ਦੱਸੋ। ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ। ਦੇਖੋ, ਹਾਂਜੀ, ਤੁਸੀਂ ਸੁਖਰਾਜ ਭਾਅ ਜੀ ਦੇ ਬਹੁਤ ਕਲੋਜ਼ ਰਹੇ ਹੋ। ਇਹ ਤੁਹਾਡਾ ਬੱਚਾ ਪ੍ਰਧਾਨ ਗੁਰਮਨ ਪ੍ਰੈਜ਼ੀਡੈਂਟ, ਇਹਨੇ ਸਾਲੇ ਨੇ ਬਹੁਤ ਪਰੇਸ਼ਾਨ ਕੀਤਾ ਹੋਇਆ, ਤੇ ਆਪਾਂ ਤੇ ਫੈਸਲਾ ਲੈ ਲਿਆ, ਇਹਦਾ ਕਰਨਾ ਪੈਣਾ ਮਿਸ਼ਨ। ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ, ਸੇਵਾ ਕਰਨੀ ਵੀ ਜਾਣਦੇ ਹਾਂ, ਕਰਾਉਣੀ ਵੀ ਜਾਣਦੇ। ਮੈਨੂੰ ਪਤਾ ਤੈਨੂੰ ਸੇਵਾ ਕਰਾਉਣੀ ਵੀ ਆਉਂਦੀ ਹੈ। ਕਰ ਦਿਆਂਗੇ। ਤੂੰ ਡਰ ਗਿਆ ਗਿੱਲਾ। ਖੁਸ਼ ਕਰਤਾ ਗਿੱਲਾ ਮਹਾਰਾਜ। ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਕੜਦੇ ਘੰਟਾ ਵੱਡੇ ਪ੍ਰਧਾਨ ਦਾ। ਹੈਲੋ, ਮਿਸ਼ਨ ਕਹਾਂ ਤੱਕ ਪਹੁੰਚਾ? I have to finish as soon as possible. Don't worry, sir.
We are very near to complete this operation. Okay. Jai Hind. ਅੱਜ ਦੀ ਸਭ ਤੋਂ ਤਾਜ਼ਾ ਖਬਰ, ਮਸ਼ਹੂਰ ਬਿਜ਼ਨਸਮੈਨ ਰਾਜ ਦੀ ਗੁੰਮਸ਼ੁਦਗੀ ਤੋਂ ਬਾਅਦ ਉਹਨਾਂ ਦੇ ਹੀ ਖਾਸ, ਹਾਂਜੀ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਹੀ ਖਾਸ ਰੋਸ਼ਨ ਕਸ਼ਮੀਰੀ ਦਾ ਦਿਨ ਦਿਹਾੜੇ ਕਤਲ, ਹਾਂਜੀ ਕਤਲ ਕਰਕੇ ਉਹਨਾਂ ਦੀ ਗੱਡੀ ਅਤੇ ਲਾਸ਼ ਨੂੰ ਪੁਰਾਣੀ ਨਹਿਰ ਕੋਲ ਛੱਡ ਦਿੱਤਾ ਗਿਆ। ਕਾਤਰਾ ਵੱਲੋਂ ਐਕਸੀਡੈਂਟ ਸ਼ੋਅ ਕੀਤਾ ਗਿਆ ਸੀ, ਪਰ ਸੂਤਰਾਂ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਕਤਲ ਦਾ ਮਾਮਲਾ ਹੈ। ਸਾਡੇ ਸੰਵਾਦਦਾਤਾ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ, ਉਹ ਕੋਸ਼ਿਸ਼ ਕਰ ਰਹੇ ਨੇ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ, ਪਰ ਇਹ ਕਹਾਣੀ ਕੀ ਮੋੜ ਲੈ ਕੇ ਆਵੇਗੀ, ਪਹਿਲਾਂ ਰਾਜ ਅਤੇ ਫਿਰ ਉਸਦੇ ਹੀ ਸੱਚੇ ਹੱਥ ਦਾ ਦੁਨੀਆ ਤੋਂ ਚਲੇ ਜਾਣ। ਮਾਮਲਾ ਨਸ਼ਿਆਂ ਨਾਲ ਜੁੜਿਆ ਸਾਹਮਣੇ ਆ ਰਿਹਾ ਹੈ, ਸਾਡੀ ਟੀਮ ਤਹਿ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਸਾਡੇ ਨਾਲ ਜੁੜੇ ਰਹਿਣਾ। ਰੋਸ਼ਨ ਅਤੇ ਉਸਦੇ ਮਾਲਕ ਸੁਖਰਾਜ, ਜੋ ਕਿ ਰਾਜ ਦੇ ਫਾਦਰ ਨੇ ਅਤੇ NRI ਦੱਸੇ ਜਾ ਰਹੇ ਨੇ, ਉਹਨਾਂ ਨਾਲ ਜੁੜੇ ਹੋਰ ਵੀ ਖੁਲਾਸੇ ਹੋ ਸਕਦੇ ਨੇ। ਇੰਸਪੈਕਟਰ ਸਾਹਿਬ, ਕਿਵੇਂ ਆਉਣੇ ਹੋਏ? ਗਿੱਲ ਸਾਹਿਬ, ਤੁਹਾਨੂੰ ਸਾਡੇ ਨਾਲ ਥਾਣੇ ਚੱਲਣਾ ਹੀ ਪੈਣਾ। ਕੀ ਗੱਲ ਜੀ, ਐਸਾ ਕੀ ਹੋ ਗਿਆ? ਅਸੀਂ ਤਾਂ ਸੇਵਾਦਾਰ ਹਾਂ ਜੀ, ਸੇਵਾਦਾਰ। ਕਸ਼ਮੀਰੀ ਮਰਡਰ ਕੇਸ ਬਾਰੇ ਤਾਂ ਜਾਣਦੇ ਹੀ ਹੋਵੋਗੇ ਗਿੱਲ ਸਾਹਿਬ, ਬਸ ਉਹਦੇ ਸੰਬੰਧ 'ਚ ਪੁੱਛਦੱਸ ਕਰਨੀ ਹੈ। ਰੋਸ਼ਨ ਤਾਂ ਜੀ ਬੱਚਿਆਂ ਵਰਗੇ ਸੀ ਮੇਰੇ, ਇਹ ਤਾਂ ਬਹੁਤ ਮਾੜੀ ਖਬਰ ਹੈ। ਪਰ ਮੈਨੂੰ ਥਾਣੇ ਕਿਉਂ ਲੈ ਕੇ ਚੱਲੇ ਹੋ? ਕਿਉਂਕਿ ਰੋਸ਼ਨ ਨੂੰ ਆਖਰੀ ਵਾਰੀ ਤੁਹਾਡੇ ਨਾਲ ਹੀ ਵੇਖਿਆ ਗਿਆ ਗਿੱਲ ਸਾਹਿਬ, ਤੁਹਾਨੂੰ ਤਾਂ ਥਾਣੇ ਚੱਲਣਾ ਹੀ ਪੈਣਾ। ਚੱਲੂੰਗਾ ਜੀ, ਇਹਦਾ ਮਤਲਬ ਭਲਾਈ ਦਾ ਤਾਂ ਕੋਈ ਜ਼ਮਾਨਾ ਹੀ ਨਹੀਂ। ਸ਼ਰੀਫ ਬੰਦੇ ਨੂੰ ਤਾਂ ਜਿਉਣ ਹੀ ਨਹੀਂ ਦਿੰਦੀ ਦੁਨੀਆ। ਦੇਖੋ ਮੈਨੂੰ ਸਕੂਟਰ ਦੀ ਸਹੁੰ ਆ, ਆਪਾਂ ਸੇਵਾਦਾਰ ਹਾਂ ਜੀ, ਸੇਵਾਦਾਰ, ਸੇਵਾ ਕਰਨੀ ਵੀ ਜਾਣਦੇ ਹਾਂ, ਕਰਾਉਣੀ ਵੀ ਜਾਣਦੇ ਹਾਂ। ਦੱਸੋ, ਹੁਕਮ ਕਰੋ, ਤੁਸੀਂ ਸਾਡੇ ਨਾਲ ਚੱਲੋ, ਸੇਵਾ ਅਸੀਂ ਕਰ ਦਾਂਗੇ। ਚੱਲਦਾ ਜੀ, ਪਰ ਹੈ ਧੱਕੇ ਦਗੜ ਦਗੜ ਕਰਦੇ ਮੇਰੇ ਦਫ਼ਤਰ 'ਤੇ ਆਵੜੇ ਤੁਸੀਂ ਸ਼ਰੀਫ ਬੰਦੇ ਦੇ, ਇਹ ਮਾੜੀ ਗੱਲ ਹੈ, ਠੀਕ ਨਹੀਂ ਤੁਹਾਡੇ ਵਾਸਤੇ, ਹੈ ਧੱਕਾ ਹੀ ਵਰਦੀਦਾਰ ਉਹ ਮਾਰਦੇ ਹੋ। ਹਾਂ, ਉਹ ਲਿਆ ਵੀ ਮੁੰਡਿਆ ਗੱਡੀ, ਚੱਲੀਏ ਫਿਰ। ਜਨਾਬ, ਆ ਲੈ ਆਉਂਦਾ ਗਿੱਲ ਨੂੰ। ਅੱਛਾ, ਤੂੰ ਹੈ ਗਿੱਲ, ਨਾਂ ਤਾਂ ਬਹੁਤ ਸੁਣਿਆ ਸੀ ਪਰ ਦਰਸ਼ਨ ਅੱਜ ਹੋਏ ਆ। ਸੇਵਾਦਾਰ ਹਾਂ ਜੀ। ਮੈਨੂੰ ਇੱਕ ਗੱਲ ਸੱਚੀ ਸੱਚੀ ਦੱਸੀ, ਰੋਸ਼ਨ ਕਸ਼ਮੀਰੀ ਦਾ ਕਤਲ ਤੂੰ ਕੀਤਾ? ਮੈਨੂੰ ਕੀ ਪਤਾ ਜੀ। ਓਏ, ਸਾਡੇ ਕੋਲੇ ਸਾਰੇ ਸਬੂਤ ਨੇ, ਤੈਨੂੰ ਆਖਰੀ ਵਾਰ ਉਹਦੇ ਨਾਲ ਦੇਖਿਆ ਗਿਆ। ਕੀ ਕਹਿ ਰਹੇ ਹੋ ਜਨਾਬ, ਰੋਸ਼ਨ ਮੇਰੇ ਬੱਚਿਆਂ ਵਰਗਾ, ਭਲਾ ਕੋਈ ਆਪਣੇ ਬੱਚਿਆਂ ਨੂੰ ਵੀ? ਜਨਾਬ, ਇਹਨੇ ਇਉਂ ਨਹੀਂ ਮੰਨਣਾ, ਇਹਨੂੰ ਪੁੱਠਾ ਟੰਗਣਾ ਪੈਣਾ। ਟੰਗੋ ਫਿਰ। ਚੱਲ ਓ ਗਿੱਲਾ, ਤੈਨੂੰ ਕਰਾਂ ਢਿੱਲਾ। ਇੱਕ ਮਿੰਟ SHO ਸਾਹਿਬ, ਆ ਲੈਂਦੇ ਗਿੱਲ ਦੀ ਜ਼ਮਾਨਤ ਦੇ ਕਾਗਜ਼ਾਂ ਅਦਾਲਤ ਚੋਂ। ਦਿਓ ਵਕੀਲ ਸਾਹਿਬ। ਆ ਲਓ ਜੀ ਬੇਲ ਡਾਕੂਮੈਂਟ, ਛੱਡੋ ਮੇਰੇ ਕਲਾਇੰਟ ਨੂੰ। ਹੁਣੇ ਲੈ ਕੇ ਆਏ ਆ, ਪਿੱਛੇ ਹੀ ਛਡਾਉਣ ਆ ਜਾਂਦੇ ਆ, ਪਤਾ ਨਹੀਂ ਕੀ ਬਣੂ ਇਸ ਮੁਲਕ ਦਾ। ਕਾਸਮ ਅਲੀ, ਛੱਡ ਦੇ ਇਹਨੂੰ। ਲੈ ਜਾਓ MLA ਸਾਹਿਬ। ਸਤਿਕਾਰ। ਫਿਰ ਕਹਿੰਦੇ ਆ ਪੁਲਿਸ ਕੰਮ ਨਹੀਂ ਕਰਦੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੁਖਰਾਜ ਭਾਜੀ ਨੇ ਕਿਹਾ ਕਿ ਜਦ ਤੱਕ ਉਹ ਨਹੀਂ ਆ ਜਾਂਦੇ, ਇਸ ਬਿਜ਼ਨਸ ਨੂੰ ਮੈਂ ਸੰਭਾਲਾਂਗਾ। ਦੇਖੋ, ਤੁਹਾਨੂੰ ਸ਼ਾਇਦ ਨਹੀਂ ਪਤਾ, ਮੈਨੂੰ ਪੁਲਿਸ ਚੱਕ ਕੇ ਲੈ ਗਈ ਸੀ। ਮੈਂ ਤਾਂ ਸੁਪਨੇ 'ਚ ਨਹੀਂ ਸੋਚ ਸਕਦਾ ਇਹ ਕੁਝ। ਹਾਂ, ਵਾਹਿਗੁਰੂ ਵਾਹਿਗੁਰੂ, ਬੱਚਾ ਸੀ ਸਾਡਾ। ਦੇਖੋ,
ਪਤਾ ਤਾਂ ਲੱਗ ਹੀ ਜਾਊਗਾ ਵੀ ਰੌਸ਼ਨ ਦਾ ਕਤਲ ਕੀਤਾ ਕਿਹਨੇ ਹੈ, ਪਰ ਇਹ ਕੁਰਸੀ ਵੀ ਬੜੀ ਕੁੱਤੀ ਚੀਜ਼ ਹੈ, ਬੰਦੇ ਤੋਂ ਕੁਝ ਵੀ ਕਰਾ ਸਕਦੀ ਹੈ। ਭਾਜੀ ਉਹਨੂੰ ਕਿਤੇ ਤੁਸੀਂ ਤਾਂ ਨਹੀਂ ਚੱਕਦਾ ਬਹੁਤ ਬਣਨ ਵਾਸਤੇ? ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਮਜ਼ਾਕ ਦੀ ਨਾ ਕੋਈ ਹੱਦ ਹੁੰਦੀ ਹੈ ਗਿੱਲ ਸਾਹਿਬ। ਚੱਲ ਫਿਰ ਸੌਰੀ ਦੇ ਦਿਓ, ਮਜ਼ਾਕ ਤੁਹਾਨੂੰ ਨਹੀਂ ਕਰੂੰਗਾ, ਹੋਰ ਤੁਹਾਡੀ ਮੰਮੀ ਨਹੀਂ ਕਰੂੰਗਾ। ਅੱਛਾ ਆਪਣਾ ਚੁਕਰਾਜ ਭਾਜੀ ਆ ਰਹੇ ਨੇ? ਮੈਨੂੰ ਉਹਨਾਂ ਦੇ ਆਉਣ ਦੀ ਕੋਈ ਇਨਫੋਰਮੇਸ਼ਨ ਨਹੀਂ। ਤੁਹਾਨੂੰ ਫੋਨ ਆਇਆ ਸੀ? ਨਹੀਂ, ਮੈਂ ਤਾਂ ਤੁਹਾਨੂੰ ਵੈਸੇ ਹੀ ਪੁੱਛ ਲਿਆ। ਮੈਨੂੰ ਨਹੀਂ ਲੱਗਦਾ ਬਈ ਵਾਹ ਕੰਮ ਕਰ ਸਾਂਭਲੇਗਾ। ਫਿਕਰ ਨਾ ਕਰੋ ਗਿੱਲ ਸਾਹਿਬ, ਸਭ ਸੰਭਾਲ ਲਾਂਗੇ, ਉਹ ਵੀ ਵਧੀਆ ਤਰੀਕੇ ਨਾਲ। ਕੀ ਨਾ ਆਪਣਾ ਮੁੰਡਾ ਗੋਰਾ? ਅੱਛਾ ਜਸ, ਜਦੋਂ ਦਾ ਆਇਆ ਕਲੱਬਾਂ 'ਚ ਹੀ ਰਹਿੰਦਾ, ਇਹਨਾਂ ਨੇ ਕੀ ਕੰਮ ਸੰਭਾਲਣਾ? ਤੇ ਤੂੰ ਵੱਡਾ MLA ਸਾਹਿਬ ਨਾ, ਕੀ ਗੱਲ, ਅੱਜ ਕੱਲ੍ਹ ਥਾਣਿਆਂ ਦੇ ਬੜੇ ਚੱਕਰ ਲੱਗਦੇ ਨੇ ਤੇਰੇ। ਆਪਣੀ ਔਕਾਤ 'ਚ ਰਹਿ ਫਿਰੋਜ਼, ਤਮੀਜ਼ ਨਾ ਗੱਲ ਕਰ। ਤਮੀਜ਼ ਨਾ? ਤੇ ਮੈਂ ਤਾਂ ਉਹ ਬੰਦਾ ਜਿਹੜਾ ਆਪਣੇ ਪਿਓ ਨੂੰ ਜੁੱਤੀ ਦੀ ਨੋਕ 'ਤੇ ਰੱਖਦਾ, ਜੁੱਤੀ ਦੀ ਨੋਕ 'ਤੇ। ਫਿਰੋਜ਼ ਨਾਮ ਹੈ ਮੇਰਾ, ਜੋ ਵੀ ਆਖਦਾ ਮੈਂ ਮੂੰਹ 'ਤੇ ਆਖਦਾ, ਤੇਰੇ ਵਰਗਾ ਦੱਲਾ ਨਹੀਂ। ਫਿਰੋਜ਼, ਇਹ ਕੀ ਕਹਿ ਰਿਹਾ ਤੂੰ MLA ਸਾਹਿਬ ਨੂੰ? ਤੇਰਾ ਇਹ MLA ਸਾਹਿਬ ਪੁਲਿਸ ਦਾ ਦੱਲਾ ਹੈ, ਦੱਲਾ! ਤੈਨੂੰ ਕੋਈ ਧੋਖਾ ਹੋ ਗਿਆ ਲੱਗਦਾ? ਫਿਰੋਜ਼ ਨਾਮ ਹੈ ਮੇਰਾ, ਘਾਟ ਘਾਟ ਦਾ ਪਾਣੀ ਪੀਤਾ, ਤੇਰੇ ਵਰਗੇ ਕਈ ਚੱਪ ਚੱਪ ਖਾ ਗਿਆ, ਹਵਾ ਵੀ ਨਹੀਂ ਲੱਗਣ ਦਿੱਤੀ। ਗੰਦੀ ਨਾਲੀ ਦਾ ਕੀੜਾ, ਚੱਲ ਫਾਵੇ ਤੂੰ। ਗੰਦੀ ਨਾਲੀ ਦਾ ਕੀੜਾ, ਪਾਗਲ ਨਾ ਬਣ ਫਿਰੋਜ਼। ਰੋਸ਼ਨ ਕਸ਼ਮੀਰੀ ਦੇ ਮਰਡਰ ਚ ਕਿਹਦਾ ਹੱਥ ਹੋ ਸਕਦਾ ਹੈ? ਸਰ, ਮੇਰੇ ਇਨਫੋਰਮਰਸ ਨੇ ਇਨਫੋਰਮੇਸ਼ਨ ਦਿੱਤੀ ਹੈ ਕਿ ਰੋਸ਼ਨ ਦੇ ਮਰਡਰ ਦੇ ਪਿੱਛੇ ਸਿਰਫ ਔਰ ਸਿਰਫ ਬੱਲੀ ਦਾ ਹੱਥ ਹੈ, ਤੇ ਹੁਣ ਤਾਂ ਸੁਖਰਾਜ ਵੀ ਬਾਹਰੋਂ ਆ ਰਿਹਾ। ਸਰ, ਹੁਣ ਸਾਨੂੰ ਹੋਰ ਵੀ ਜ਼ਿਆਦਾ ਐਕਟਿਵ ਰਹਿਣਾ ਪਊਗਾ, ਇਹ ਆਪਣੇ ਕੋਲ ਬਹੁਤ ਵਧੀਆ ਮੌਕਾ ਹੈ ਸੁਖਰਾਜ ਤੇ ਉਹਦੇ ਸਾਥੀਆਂ ਨੂੰ ਫੜਨ ਦਾ, ਉਹ ਵੀ ਪੱਕੇ ਸਬੂਤਾਂ ਦੇ ਨਾਲ। ਪਰ ਜੋ ਵੀ ਕਰਨਾ ਸੋਚ ਸਮਝ ਕੇ ਕਰਨਾ। ਇਹ ਬਿਲਕੁਲ ਸਹੀ ਕਹਿ ਰਹੇ, ਉਹਦੀ ਪਹੁੰਚ ਬਹੁਤ ਉੱਪਰ ਤੱਕ ਹੈ, ਆਪਾਂ ਸਾਰਿਆਂ ਨੇ ਦੇਖਿਆ ਹੀ ਹੈ। ਗਿੱਲ ਨੂੰ ਚੁੱਕ ਕੇ ਠਾਣੇ ਲਿਆਂਦਾ ਸੀ ਤੇ ਛਡਾਉਣ ਵਾਲੇ ਪਿੱਛੇ ਆ ਖੜੇ ਹੋਏ। ਤੁਸੀਂ ਫਿਕਰ ਨਾ ਕਰੋ ਜੀ, ਜੋ ਵੀ ਕਦਮ ਉਠਾਵਾਂਗੇ ਸੋਚ ਸਮਝ ਕੇ ਉਠਾਵਾਂਗੇ। ਧੰਨ ਕੌਰ ਨਾਮ ਹੈ ਮੇਰਾ, ਜੇ ਧੰਨ ਧੰਨ ਨਾ ਨਾ ਕਰਵਾ ਦਿੱਤੀ ਤਾਂ ਆਪਣਾ ਨਾਮ ਬਦਲ ਲਵਾਂਗੇ। ਹੈਲੋ ਹੈਲੋ, ਕਿੱਧਰ ਨੂੰ ਬੂਥਾ ਚੱਕਿਆ? ਘਰ ਤਾਂ ਕੋਈ ਹੈ ਨੀ। ਕੀ ਕਿਹਾ? ਤੇਰੀ ਮਾਂ ਡਾਕਟਰ ਨੀ? ਕੀ ਕਿਹਾ? ਤੇ ਤੇਰੀ ਸੋਹਣੀ ਜੀ ਭੈਣ? ਮੇਰੀ ਭੈਣ? ਸਭ ਚੱਕ ਲੈ, ਸਭ ਚੱਕ ਲੈ। ਮੈਂ ਛਡਾਣ ਆਏਗਾ ਕਿ ਰੱਖ ਲਈਏ? ਆ ਜਾ ਫਿਰ ਅੱਡੇ ਤੇ, ਤੈਨੂੰ ਕਿਹੜਾ ਭੁੱਲ ਹੈ? ਪਲੀਜ਼, ਮੇਰੇ ਪਰਿਵਾਰ ਨੂੰ ਕੁਝ ਨੀ ਕਹਿਣਾ। ਹੋਰ ਸੁਣਾ ਬੱਲੀ, ਕਿਵੇਂ ਹੈ?
ਵੈਲਕਮ ਬੈਕ ਭਾਜੀ। ਉਹ ਛੱਡ, ਹੋਰ ਗੱਲ ਦੱਸ ਮੈਨੂੰ। ਭਾਜੀ ਆਪਣੇ ਐਮ ਐਲ ਏ ਸਾਹਿਬ ਨਹੀਂ ਸੀ, ਪੁਲਿਸ ਨਾਲ ਮਿਲਿਆ ਹੋਇਆ ਸੀ, ਫਿਰੋਜ ਨੇ ਠੋਕਤਾ। ਪਤਾ ਮੈਨੂੰ ਕੀ ਬਣਿਆ ਉਹਦਾ? ਓ ਪ੍ਰਧਾਨ ਗੁਰਮਨ ਦਾ ਸੁੱਖ ਭਾਜੀ, ਉਹ ਚੁੱਕ ਲਿਆਂਦੇ। ਫਿਰੋਜ਼ ਤੈਨੂੰ ਪਤਾ ਹੀ ਆ ਤੂੰ ਕੀ ਕਰਨਾ। ਤੁਸੀਂ ਕਹੋ ਤਾਂ ਮੱਛੀ ਵਾਂਗ ਛਿਲਦਿਆਂ। ਚੱਲ ਹੁਣ ਆਸ਼ੀਰਵਾਦ ਜਾ। ਪਾਗਲ ਹੈ ਉਹ ਪਤਾ ਭਾਜੀ, ਪਰ ਵਫ਼ਾਦਾਰ ਬਹੁਤ ਹੈ। ਆਪਣੇ ਕੰਮ ਨੂੰ ਐਨ ਵਫ਼ਾਦਾਰੀ ਨਾਲ ਕਰਦਾ ਤੇ ਆਪਣੀ ਜਾਨ ਵੀ ਦੇ ਸਕਦਾ। ਬੰਦਾ ਤੂਫਾਨ ਹੈ ਉਹ ਤਾਂ। ਚੱਲ ਗੇੜਾ ਮਾਰ ਕੇ ਆਈਏ। ਜੀ ਭਾਜੀ। ਬੜਾ ਟਾਈਮ ਲਾਤਾ ਪ੍ਰਧਾਨ ਨੇ, ਕਿੱਥੇ ਹੈ? ਮੇਰੇ ਵੀ ਨਸ਼ੇ ਛਡਾ ਦੇ ਮੇਰੇ ਅੱਗ ਗਲਿਆ। ਕਿੱਤਾ ਵੀ ਮਾਣੋ ਬਿੱਲੀ, ਪਿਆਸ ਤਾਂ ਨਹੀਂ ਲੱਗੀ? ਆਇਆ ਨੀ ਤੇਰਾ ਵੀਰਾ ਤੈਨੂੰ ਲੈਣ? ਆ ਜਾ, ਤੈਨੂੰ ਤਾਂ ਮੈਂ ਦੇਖਦਾ। ਮਾਵਾਂ ਧੀਆਂ ਦੀਆਂ ਬੋਟੀਆਂ ਕਰਕੇ ਕੁੱਤਿਆਂ ਨੂੰ ਨਾ ਪਾਈਆਂ ਨਾ, ਮੇਰਾ ਨਾਂ ਵੀ ਫਰੋਜ਼ ਨਹੀਂ। ਆ ਗਿਆ ਪ੍ਰਧਾਨ, ਬੜਾ ਲੇਟ ਹੋ ਗਿਆ। ਛੱਡ ਦੇ ਮੇਰੇ ਪਰਿਵਾਰ, ਉਹ ਇਹਨਾਂ ਨੇ ਕੀ ਵਿਗਾੜਿਆ ਤੇਰਾ, ਤੇ ਨਾਲੇ ਮੇਰੇ ਪਾਪਾ ਕਿੱਥੇ ਨੇ? ਪਾਪਾ ਵੀ ਦੱਸ ਦਿੰਦੇ, ਆਹ ਖੜਾ ਤੇਰਾ ਪਰਿਵਾਰ, ਜਾ ਮਿਲ ਲੈ। ਉਹ ਖੜ ਵੀ ਜਾ, ਐਡੀ ਕਾਲੀ ਕਾਹਦੀ ਆ, ਉਹਦੇ ਤਾਂ ਬੜਾ ਫੜ ਫੜ ਕਰਦਾ ਸੀ, ਅੱਜ ਫਿਰ ਟਿਸ਼ੂ ਟਿਸ਼ੂ ਤੱਕ ਕਰ ਲਾ। ਉਹ ਚੱਲ ਚੱਲ ਫਿਰ ਪਹਿਲਾਂ ਟਿਸ਼ੂ ਟਿਸ਼ੂ ਕਰ ਲੈ। ਠੀਕ ਹੋ ਨਾ ਭਾਬੀ? ਤੂੰ ਜਲਦੀ ਜਾ ਕੇ ਪੁਲਿਸ ਨੂੰ ਫੋਨ ਕਰ। ਗੁਰਮਨ ਆਪਣਾ ਮੇਲ ਫਿਰ ਹੋ ਹੀ ਗਿਆ। ਘਬਰਾਣਾ ਆਪਣੇ ਹੀ ਬੱਚੇ ਹੈ, ਪਰ ਦਰਦ ਵੀ ਆਪਣੇ ਹੀ ਬੱਚੇ ਦਿੰਦੇ ਨੇ। ਬੜੀ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਤੈਨੂੰ, ਪਰ ਬਚ ਗਿਆ। ਤੂੰ ਕਿਸਮਤ ਦਾ ਤਾਂ ਨਹੀਂ ਹੈ,
ਬਚਦਾ ਰਿਹਾ ਪਰ ਸੋਚਦਾ ਕਿਸਮਤ ਵੀ ਕਦੋਂ ਤੱਕ ਬਚਾਊ। ਪੜ੍ਹ ਲਿਆ ਨਾ ਸੁਖਰਾ ਤੂੰ। ਓਏ ਮੈਂ ਸੋਚ ਵੀ ਨਹੀਂ ਸਕਦਾ ਸੀ ਇਹ ਸਭ। ਔਰ ਜਦੋਂ ਪਾਪ ਦਾ ਘੜਾ ਭਰਦਾ ਨਾ ਤਾਂ ਸਭ ਕੁਛ ਖਤਮ ਹੋ ਜਾਂਦਾ ਔਰ ਅੱਜ ਤੇਰੇ ਪਾਪ ਦਾ ਘੜਾ ਭਰ ਗਿਆ। ਵੱਡੀਆਂ ਗੱਲਾਂ ਬਹੁਤ ਵੱਡੀਆਂ ਕਰਦਾ ਪ੍ਰੈਜ਼ੀਡੈਂਟ। ਕਿਹੜਾ ਮਿਸ਼ਨ? ਮਿਸ਼ਨ ਨੌਕਆਊਟ। ਯੈਸ ਮਿਸ਼ਨ ਨੌਕਆਊਟ। ਹਾਂ ਮਿਸ਼ਨ ਨੌਕਆਊਟ। ਬਹੁਤ ਨੁਕਸਾਨ ਕੀਤਾ ਤੂੰ ਮੇਰਾ, ਬਹੁਤ ਨੁਕਸਾਨ ਕੀਤਾ। ਕੋਈ ਗੱਲ ਨਹੀਂ ਅੱਜ ਮਿਸ਼ਨ ਨੌਕਆਊਟ ਕਰ ਦਿੰਦੇ ਤੇਰਾ, ਨਾਲੇ ਹਿਸਾਬ ਬਰਾਬਰ ਹੋ ਜੂ ਐਨ ਲੈਵਲ 'ਚ। ਬਸ ਮੈਨੂੰ ਇੰਨਾ ਦੱਸ ਦੇ ਪਹਿਲਾਂ ਕਿੱਥੇ ਮਾਰਾਂ। ਮੱਥੇ 'ਚ ਕਿ ਹਿੱਕ 'ਚ? ਮਰਸੀ ਤੇਰੀ ਹੈ ਗਿਲ ਤੂੰ। ਮੈਂ ਅੱਛਾ ਤੂੰ ਹੈ ਅੰਡਰ ਕਵਰ ਸੁਪਰ ਕੌਪ। ਸ਼ੱਕ ਸੀ ਮੈਨੂੰ, ਪਹਿਲਾਂ ਵੀ ਮੈਨੂੰ ਸ਼ੱਕ ਸੀ ਪਰ ਯਾਰੀ ਤੇ ਬੜਾ ਮਾਣ ਸੀ। ਪਬਲਿਕ ਸਰਵੈਂਟ ਯਾਨੀ ਪੁਲਿਸ ਅਫੀਸਰ ਕੀ ਕਹਿੰਦਾ ਫਿਰਦਾ ਉਹ ਲੋਕਾਂ ਨੂੰ ਵੀ ਤੂੰ ਪੁਲਿਸ ਨੂੰ ਜੇਬ 'ਚ ਪਾਈ ਫਿਰਦਾ ਏਟੀਐਟ ਆ ਨਜ਼ਰ ਮਾਰ ਵਾਲੇ ਵੇਲੇ ਦਿਖ ਰਿਹਾ ਨਾ ਆਹ ਸਾਰਾ ਕੁਝ ਜੋ ਹੋ ਰਿਹਾ ਨਾ ਇਹ ਸਾਡਾ ਵਿਛਾਇਆ ਹੋਇਆ ਜਾਲ ਸੀ ਜਿਹਦੇ 'ਚ ਤੂੰ ਫਸ ਗਿਆ। ਟਾਈਮ ਬੇਸ਼ੱਕ ਲੱਗਿਆ ਥੋੜ੍ਹਾ ਲੇਕਿਨ ਤੂੰ ਫਸ ਗਿਆ। ਅਰੈਸਟ ਹਿਮ। ਸੁਖਰਾਜ ਨਾਮ ਹੈ ਮੇਰਾ, ਯਾਦ ਰੱਖੀ ਸੁਖਰਾਜ ਨਾਮ। ਭਾਈ ਤਪਾ ਕਰੋ ਇਹਨੂੰ ਮੇਰੀਆਂ ਨਜ਼ਰਾਂ ਤੋਂ ਪਰੇ ਕਰੋ। ਇਹ ਨਾ ਹੋਵੇ ਮੈਨੂੰ ਮਜਬੂਰੀ 'ਚ ਇਹਦਾ ਇਨਕਾਊਂਟਰ ਕਰਕੇ ਆਪਣੀ ਵਰਦੀ 'ਤੇ ਦਾਗ ਲਵਾਉਣਾ ਪੈ ਜੇ। ਹੈ ਤਾਂ ਗਿਲ ਸਾਹਿਬ ਇਸੇ ਲਾਇਕ ਹੋਣਾ ਤਾਂ ਇਹਦੇ ਨਾਲ ਇਹੀ ਚਾਹੀਦਾ। ਚਲੋ ਤੁਸੀਂ ਅੱਛਾ ਤੁਸੀਂ ਸੀ ਮਾਸਟਰ ਮਾਈਂਡ ਸਾਡਾ ਸਾਥ ਦੇਣ ਵਾਸਤੇ, ਤੁਹਾਨੂੰ ਸਲੂਟ ਹੈ। ਵੈਲ ਡਨ ਸ਼ਾਬਾਸ਼। ਇਹਨੂੰ ਇਦਾਂ ਹੀ ਕੈਰੀ ਔਨ ਰੱਖਣਾ ਠੀਕ ਹੈ ਜੀ। ਹੁਣ ਪਤਾ ਲੱਗੂ ਤੈਨੂੰ ਪੁਲਿਸ ਹੁੰਦੀ ਕੀ ਚੀਜ਼ ਆ। ਗਿਲ ਸਾਹਿਬ ਇਹਨੂੰ ਵੀ ਲੈ ਕੇ ਜਾਓ, ਇਹੋ ਜਿਹੇ ਕੁੱਤੇ ਕੰਜਰਾਂ ਨੂੰ ਮੈਨੂੰ ਪਤਾ ਤੁਹਾਨੂੰ ਚੰਗੀ ਤਰ੍ਹਾਂ ਆਉਂਦਾ ਸਿੱਧਾ ਕਰਨਾ। ਚੱਲ ਚੱਲ ਚੱਲ। ਵੈਲ ਡਨ ਵੈਲ ਡਨ, ਤੂੰ ਬਹੁਤ ਬਹਾਦਰ ਕੁੜੀਆਂ ਸਾਡੇ ਇਸ ਦੇਸ਼ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ। ਰਾਜ ਹੀ ਰਾਜ ਕਰ ਸਕਦਾ, ਰਾਜ ਫੇਰ ਆਊਗਾ।